ਜਾਸਤੀ ਵੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਤੁਹਾਡਾ ਅੱਜ ਦਾ ਮੁੱਦਾ ਵਿੱਚ ਸਵਾਗਤ ਕਰਦਾ ਤੇ ਅੱਜ ਦਾ ਮੁੱਦਾ ਪੰਜਾਬ ਦੇ ਵਿੱਚ 2022 ਦੀਆਂ ਤਿਆਰੀਆਂ ਨੂੰ ਲੈ ਕੇ ਆ 2022 ਦੀਆਂ ਤਿਆਰੀਆਂ ਨੂੰ ਲੈ ਕੇ ਇੱਕ ਹੋਰ ਪਰਿਵਾਰ ਆ ਮੈਦਾਨ ਵਿੱਚ ਉੱਦ ਗਿਆ ਤੇ ਉਹ ਪਰਿਵਾਰ ਆ ਢੀਂਡਸਾ ਪਰਿਵਾਰ ਬਾਦਰ ਪਰਿਵਾਰ ਦੇ ਨਾਲ ਟੱਕਰ ਲੈ ਰਿਹਾ ਪਰ ਇਸ ਸਭ ਦੇ ਵਿਚਾਲੇ ਸਵਾਲੇ ਚੁੱਕੇ ਜਾ ਰਹੇ ਆ ਕਿ ਢੀਂਡਸਾ ਨੂੰ ਪ੍ਰਧਾਨ ਬਣਾਉਣ ਪਿੱਛੇ ਕੋਈ ਨਾ ਕੋਈ ਤਾਕਤ ਕੰਮ ਕਰਦੀ ਪੀਆ ਕਿਹੜੀ ਤਾਕਤ ਕੰਮ ਕਰਦੀ ਪੀਆ ਕਿ ਸੁਦੇਸ਼ ਛਟੀ ਸਾਹ ਨੂੰ ਆਵਦੀ ਕੋਈ ਤਾਕਤ ਨਹੀਂ ਹੈਗੀ ਆਪਦਾ ਕੋਈ ਤਿਆਰਬਾ ਨਹੀਂ ਹੈਗਾ ਜਿਹੜੇ ਸਵਾਲ ਪੁੱਛੇ ਜਾ ਰਹੇ ਆ ਤੇ ਅਸੀਂ ਸਵਾਲ ਪੁੱਛਾਂਗੇ لازਮੀ ਕਿ ਦਿੱਲੀ ਦੀ ਥਾਪੀ ਹੈ ਜਾਂ ਪੰਜਾਬ ਵਿੱਚੋਂ ਕੋਈ ਥਾਪੀ ਮਿਲ ਰਹੀ ਹੈ ਸੁਦੇਸ਼ ਛਟੀ ਸਾਹ ਨੂੰ ਕਿਉਂਕਿ ਕਾਲੀਦਾਰ ਜਿਹੜਾ ਇਲਜ਼ਾਮ ਲਗਾ ਰਿਹਾ ਅਕਾਲੀਦਾਰ ਕਹਿ ਰਿਹਾ ਕਿ ਕਾਂਗਰਸ ਦੀ ਸ਼ੈ ਤੇ ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਭਾਜਪਾ ਦੀ ਸ਼ੈ ਤੇ ਭਗਵੰਤ ਮਾਨ ਨੇ ਕਿਸ਼ੂਰਲੀ ਛੱਡ ਦਿੱਤੀ ਹੈ ਕਿ ਸੁਦੇਸ਼ ਸੰਟੀ ਸਾਹ ਨੂੰ ਅੱਧੀ ਹਮਾਇਤ ਮਜੀਠਿਆ ਪਰਵਾਰ ਦੀ ਹੈ ਕਿਉਂਕਿ ਉਹਨਾਂ ਦੀ ਚੁੱਪੀ ਉਹਨੂੰ ਵੱਧਦੀ ਹਮਾਇਤ ਦੇ ਰਹੀ ਹੈ ਅਸੀਂ ਇੱਕੋ ਸਵਾਲ ਪੁੱਛਾਂਗੇ ਟ੍ਰੀਨਸਾ ਦੀ ਪ੍ਰਧਾਨਗੀ ਪਿੱਛੇ ਗੋੜ ਅੱਜ ਦਾ ਮੁੱਦਾ ਵੀ ਤੁਹਾਨੂੰ ਪੁਆਇੰਟਰ ਦੱਸਿਆ ਜੇ ਨਾ ਪੁਆਇੰਟਰ ਤੇ ਚਰਚਾ ਅਸੀਂ ਕਰਨੀ ਆ ਢੀਂਟਸਾ ਬਸਵਾਦ ਪਰਵਾਰਾ 2022 ਲਈ ਪੰਜਾਬ ਵਿੱਚ ਸਿਆਸੀ ਜੋਰ ਤੋੜ ਲਈ ਜੋਰ ਲੱਗ ਰਿਹਾ ਤੇ ਇਹ ਜੋਰ ਹੈ ਜਿਹੜਾ ਉਹ ਲਗਾਤਾਰ ਵਧ ਰਿਹਾ ਸੋਦੇਵ ਸਿੰਘ ਢੀਂਟਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਥਾਪਿਆ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਚੋਣ ਸ਼ਾਂਤ ਤੇ ਉਹਨਾਂ ਨੇ ਦਾਵਾ ਠੋਕ ਦਿੱਤਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਢੀਂਟਸਾ ਦੀ ਕਾਰਵਾਈ ਨੂੰ ਗੈਰਕਾਨੂੰਨੀ ਦੱਸਿਆ ਇਹ ਉਹ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗੈਰਕਾਨੂੰਨੀ ਦੱਸ ਰਿਹਾ ਜਿਹਨੂੰ ਢੀਂਟਸਾ ਪਰਿਵਾਰ ਸ਼੍ਰੋਮਣੀ ਕਾਲਜ ਦਾ ਬਾਦਲ ਕੇੰਦਾ ਹਾਲਾਂਕਿ ਸਵਿਧਾਨ ਵਿੱਚ ਕਿਤੇ ਨਹੀਂ ਲਿਖਿਆ ਭਗਵੰਤ ਮਾਨ ਨੇ ਮਜੀਠੀਆ ਹਰਸਿਮਰਤ कौर ਬਾਦਲ ਦੀ ਚੁੱਪੀ ਨੂੰ ਅੱਧੀ ਹਮਾਇਤ ਦੱਸ ਕੇ ਇੱਕ ਨਵਾਂ ਸ਼ਗੂਫਾ ਛੱਡ ਦਿੱਤਾ ਹੈ ਬ੍ਰਹਮਪੁਰਾ ਵੀ ਢੀਂਸਾ ਤੇ ਪੜਕੇ ਆ ਪੁੱਤਰ ਮੋਹ ਨੂੰ ਬਗਾਵਤ ਦੀ ਵਜ੍ਹਾ ਦੱਸੀ ਹੈ ਤੇ ਇਹ ਸਾਰੇ ਸਵਾਲ ਅਸੀਂ ਸਦੀਵ ਸਿੱਟੀ ਸਰਾਂ ਨੂੰ ਪੁੱਛ ਚੁੱਕੀਆਂ ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਢੀਂਸਾ ਪਿੱਛੇ ਦਿੱਲੀ ਦੀ ਥਾਪੀ ਹੈ ਢੀਂਸਾ ਦੇ ਜਵਾਬ ਦੇ ਦਿੱਤਾ ਹੈ ਬੇਵਿਨਿਆਦ ਦਾ ਕਿਸੇ ਵੀ ਸ਼ਾਇਦ ਇਲਜ਼ਾਮ ਕਹਿੰਦੇ ਮੇਰੇ ਕੋ ਆਪਦੇ ਕੋਲ ਇੰਨੀ ਕੁਵਤ ਹੈਗੀ ਹੈ ਕਿ ਮੈਂ ਇੱਕ ਨਵਾਂ ਦਾਲਾ ਜਿਹੜਾ ਨਵੀਂ ਪਾਰਟੀ ਖੜੀ ਕਰ ਸਕਦਾ ਤੇ ਇਸ ਸਾਰੇ ਮਤੇ ਚਰਚਾ ਕਰਾਂਗੇ ਖਾਸ ਮਹਿਮਾਨ ਸਾਡਾ ਮੌਜੂਦ ਰਹਿਣ ਕੇ ਸਰਜੀ ਸਿੰਘ ਢਾਲੀਵਾਲ ਇਹ ਉਹ ਨਾਮ ਹੈ ਜਿਹੜਾ ਕਿਸੇ ਜਾਣਕਾਰੀ ਦਾ ਮਹਤਾਜ ਨਹੀਂ ਤਕਰੀਬਨ ਤਿੰਨ ਦਹਾਕਤ ਤੋਂ ਵਾਦੇਨਾਂ ਦਾ ਪੱਤਰਕਾਰਤਾ ਦੇ ਵਿੱਚ ਤਿਆਰ ਬੈਤ ਜਿਹੜੀ ਗੱਲ ਇਹ ਲਿਖ ਦਿੰਦੇ ਆ ਉਸ ਤੇ ਸਾਰੇ ਜਿਹੜੇ ਦਰਸ਼ਕ ਹੈ ਜਾਂ ਪਾਠਕ ਹੈ ਉਹ ਵਿਸ਼ਵਾਸ ਕਰਦੇ ਆ ਇਨਾਂ ਦੀ ਪਰੋਸੇ ਦੀ ਕਲਮ ਹੈ ਤੇ ਇਸੇ ਕਰਕੇ ਨੋ ਸੱਦਿਆ ਕਿਉਂਕਿ ਇਹਨਾਂ ਨੂੰ ਸਮਝ ਦੀ ਕੋਸ਼ਿਸ਼ ਕਰਾਂਗੇ ਜਿਹੜੀ ਹੈ ਇਹ ਸਾਰੀਆਂ ਚਰਚਾਵਾਂ ਚੱਲਦੀਆਂ ਉਹਨਾਂ ਚਰਚਾਵਾਂ ਦੇ ਵਿੱਚ ਜਮeen ਕੀ ਹੈਗੇ। ਤਲਵਲ ਸਾਹਿਬ ਬਹੁਤ ਸਵਾਗਤ ਤੁਹਾਡਾ। ਜੀ। ਤਲਵਲ ਸਾਹਿਬ ਪਹਿਲਾ ਸਵਾਲ ਮੈਂ ਇਹੀ ਕਰਨਾ ਚਾਹੁੰਦਾ ਸਾਰੀ ਪਰਿਵਾਰਾਂ ਦੀ ਪੋਲਿਟਿਕਸ ਹੈ ਪੰਜਾਬ ਦੇ ਵਿੱਚ ਇੱਕ ਹੋਰ ਪਰਿਵਾਰ ਖੜਾ ਹੋ ਗਿਆ। ਇਸ ਪਰਿਵਾਰ ਦੇ ਪਿੱਛੇ ਕੋਈ ਹੈ ਜਾਂ ਪਰਿਵਾਰ ਦੇ ਕੋਲੇ ਇੰਨਾ ਕਿ ਇੰਨੀ ਕੁ ਕੁਵਤ ਹੈਗੀ ਹੈ ਕਿ ਉਹ ਕੁਝ ਕਰ ਸਕਦਾ ਹੈ। ਦੂਜਾ ਸਵਾਲ ਮੇਰਾ ਨਾਲ ਇਹੀ ਹੈ ਤਲਵਲ ਸਾਹਿਬ ਕਿ ਇਹ ਪਰਿਵਾਰ ਵੀ ਸਿਰਫ ਵੋਟਾਂ ਵੰਡ ਕੇ ਚੱਲਾ ਜਾਊਗਾ ਹੋਰ ਇਸ ਤੋਂ ਇਲਾਵਾ ਕੁ ਦੇਖੋ ਗੱਲ ਇਹ ਹੈਗੀ ਕਿ ਜੇ ਆਪਾਂ ਕਹੀਏ ਕੇਸ ਪਰਿਵਾਰ ਦੇ ਪਿੱਛੇ ਕੋਈ ਤਾਕਤ ਕੰਮ ਕਰਦੀ ਹੈ ਮੇਰਾ ਖਿਆਲ ਹੈ ਕਿ ਉਹ ਬੜਾ ਇੱਕ ਨਾ ਆਪਣੇ ਆਪ ਚ ਜੀਵ ਕਿ ਤਰ੍ਹਾਂ ਦਾ ਜਿਹੜਾ ਹੈਗਾ ਧਾਰਨਾ ਹੈਗੀ ਜਿਹੜੇ ਢੀਨਸਾ ਸਾਹਿਬ ਨੇ ਉਹਨਾਂ ਨੇ ਜਿਹੜਾ ਸ਼ੁਰੂ ਕੀਤਾ ਕੈਰੀਅਰ ਆਪਣਾ ਉਹ ਕਾਲੀਦਾਲ ਤੋਂ ਨੇ ਸ਼ੁਰੂ ਕੀਤਾ ਉਹ ਇੰਡੀਪੈਂਡੈਂਟ ਜਿਹੜੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਪਹਿਲਾਂ ਆਪ ਕੋ ਲੜੇ ਸੀ ਜੀ ਆਜ਼ਾਦ ਉਮੀਦਵਾਰ ਹੀ ਦੇ ਤੌਰ ਤੇ ਜਿੱਤੇ ਸੀ ਉਸ ਤੋਂ ਬਾਅਦ ਫਿਰ ਉਹਨਾਂ ਦੀ ਲੌਂਗ WhatsApp ਨਾਲ ਬੜੀ ਦੋਸਤੀ ਸੀ ਤੇ ਉਹ ਪੰਥ ਵਿੱਚ ਕਾਲੇਦਾਲ ਵਿੱਚ ਆ ਗਏ ਸੀ ਉਦੋਂ ਪਹਿਲਾਂ ਉਹਨੂੰ ਟਿਕਟ ਨਹੀਂ ਮਿਲੀ ਆਜ਼ਾਦ ਖੜੇ ਹੋ ਗਏ ਆਜ਼ਾਦ ਜਿੱਤ ਗਏ ਸੋ ਕੁੱਲ ਮਿਲਾ ਕੇ ਜੇ ਆਪਾਂ ਗਏ ਵੀ ਟੀਨਸ ਸਾਹਿਬ ਦਾ 40 45 ਸਾਲ ਦਾ ਸਿਆਸਤ ਵਿੱਚ ਤਜਰਬਾ ਹੈਗਾ ਬਾਦਲ ਸਾਹਿਬ ਹਾਂ ਬਾਦਲ ਸਾਹਿਬ ਤੋਂ ਬਾਦਲ ਸਾਹਿਬ ਥੋੜਾ ਜਿਹਾ ਹਾਂ ਕੱਟ ਲੈ ਕੱਟ ਕੇ ਲੋ ਥੋੜਾ ਜਿਆ ਆਪਾਂ ਜੇ ਉਹ ਕਿਸੇ ਦੇ ਪਿੱਛੇ ਲਾ ਕੇ ਸਿਆਸਤ ਕਰਦੇ ਤਾਂ ਮੇਰਾ ਖਿਆਲ ਹੈ ਕਿ ਆਪਣੇ ਆਪ ਵਿੱਚ 허ਾਨੀ ਵਾਲੀ ਗੱਲ ਹੈ ਉਨ ਦਾ ਆਪਣਾ ਇਨਾ ਤਜਰਬਾ ਹੋ ਚੁੱਕਿਆ ਕਿ ਉਹ ਇਸ ਵੇਲੇ ਕਿਸੇ ਦੇ ਪਿੱਛੇ ਲੱਗ ਕੇ ਸਿਆਸਤ ਨਹੀਂ ਕਰਨਗੇ ਆਪਣੀ ਸਿਆਸਤ ਵਿੱਚ ਆਪਣੇ ਪੋਲੀਟਿਕਲ ਕੈਰੀਅਰ ਵਿੱਚ ਕਿਵੇਂ ਅੱਗੇ ਵਧਣਾ ਉਸ ਨੂੰ ਮੁੱਖ ਰੱਖ ਕੇ ਸਿਆਸਤ ਕਰਨਗੇ ਇਸ ਉਮਰ ਤ ਜਾ ਕੇ ਤੁਹਾ ਮੇਰਾ ਸਵਾਲ ਹੈ ਇਸ ਉਮਰ ਤ ਜਾ ਕੇ ਤੁਸੀਂ ਸਾਰੀ ਮਲਾਈ ਖਾਧੀ ਹੈ ਜਿਹੜੇ ਦੌਰ ਦੇ ਵਿੱਚ ਉਸ ਮਲਾਈ ਨੂੰ ਤੁਸੀਂ ਇੱਕ ਪਾਸੇ ਰੱਖਤਾ ਤੇ ਤੁਸੀਂ ਨਵੀਂ ਸਿਆਸਤ ਵਿੱਚ ਕੁੱਤ ਗਏ ਇਹਦੇ ਤੇ ਸਵਾਲ ਤਾਂ ਉੱਠਣਗੇ ਨਾ ਫਿਰ ਕਿਸੇ ਦੀ ਸਿਆਸਤ ਦਾ ਕਾਰਨ ਹੈ ਬਹੁਤ ਵੱਡਾ ਬਾਦਲ ਸਾਹਿਬ ਜਿਹਨਾਂ ਚਿਰ ਵੱਡੇ ਬਾਲ ਸਾਹਿਬ ਰਹੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਚਿਰ ਢੀਨਸ ਸਾਹਿਬ ਨੇ ਕਦੇ ਵੀ ਕਿੰਤੂ ਪ੍ਰੰਤੂ ਨਹੀਂ ਕੀਤਾ ਜਿੰਨਾ ਚਿਰ ਵੀ ਉਹ ਜੋ ਵੀ ਉਹ ਹੁਕਮ ਦਿੰਦੇ ਸੀਗੇ ਬਾਲ ਸਾਹਿਬ ਢੀਂਟ ਸਾਹਿਬ ਨੂੰ ਉਹ ਇਹ ਉਹਨਾਂ ਦੇ ਬੜੇ ਇੱਕ ਲਾਇਲ ਸੀ ਕਹਿ ਲਓ ਜਾਂ ਉਹਨਾਂ ਦੇ ਬੜੇ ਵੱਡੇ ਸਮਰਥਕ ਸੀ ਦੋ ਹੀ ਵੱਡੇ ਸਮਰਥਕ ਰਹੇ ਨੇ ਅਗਲੀ ਪੋਲਿਟਿਕਸ ਵਿੱਚ ਬਾ ਬਾਲ ਸਾਹਿਬ ਦੇ ਇੱਕ ਬਲਵਿੰਦਰ ਸਿੰਘ ਪੌਂਦੜ ਤੇ ਇੱਕ ਕੀਨਿਆ ਆਪਣਾ ਸਰਦੇਵ ਸਿੰਘ ਢੀਂਟ ਸਾਹਿਬ ਇਹ ਉਹਨਾਂ ਸਮਿਆਂ ਵਿੱਚ ਵੀ ਨਹੀਂ ਬਾਲ ਸਾਹਿਬ ਨਾਲ ਅੱਡ ਹੋਏ ਜਦੋਂ ਬਾਲ ਸਾਹਿਬ ਤੇ ਬਹੁਤ ਵੱਡਾ ਇੱਕ ਸਿਆਸੀ ਸੰਕਟ ਚੱਲ ਰਿਹਾ ਸੀ ਮੈਂ ਤੁਹਾਨੂੰ 80 ਦੀ ਤੇ 90 ਦੇ ਦੌਰ ਦੀ ਗੱਲ ਕਰਦਾ ਉਦੋਂ ਵੀ ਨਾਲ ਸੋ ਹੁਣ ਜਦੋਂ ਬਾਲ ਸਾਹਿਬ ਇੱਕ ਪੋਲਿਟਿਕਲ ਸੀਨ ਤੋਂ ਥੋੜੇ ਪਰਾਂ ਹਟ ਗਏ ਨੇ ਘਰੇ ਬਹਿ ਗਏ ਨੇ ਜਾਂ ਐਕਟਿਵ ਸਿਆਸਤ ਜਿਹੜੀ ਕਬਾਲੀ ਨਹੀਂ ਕਰਦੇ ਸਾਹਮਣੇ ਆ ਗਏ ਨੇ ਸੁਖਵੀਰ ਬਾਦਲ ਹੁਣ ਢੀਂਡਸਾ ਸਾਹਿਬ ਦਾ ਤਜਰਬਾ ਉਹਨਾਂ ਦੀ ਪਾਰਟੀ ਸਟੈਂਡਿੰਗ ਉਹਨਾਂ ਦੀ ਪਾਰਟੀ ਵਾਸਤੇ ਕੰਟਰੀਬਿਊਸ਼ਨ ਉਹਨਾਂ ਲੱਗ ਕਿ ਉਹ ਸੁਖਵੀਰ ਬਾਦਲ ਦੇ ਸਾਹਮਣੇ ਟੇਬਲ ਦੇ ਕਿਵੇਂ ਬੈਠ ਸਕਦੇ ਨੇ ਇਹ ਗੱਲ ਦੀ ਕੋਈ ਸੰਭਾਵਨਾ ਇਸ ਗੱਲ ਨੂੰ ਕੋਈ ਪਰਚੋਲ ਨਹੀਂ ਕਰ ਰਿਹਾ ਕਿ ਹਰੇਕ ਲੀਡਰ ਦੀ ਆਪਣੀ ਇਛਾ ਹੁੰਦੀ ਆ ਕਿ ਮੈਂ ਬਾਲ ਸਾਹਿਬ ਨਾਲ ਇੰਨੇ ਚ ਰਿਆਂ ਜਦੋਂ ਬਾਲ ਸਾਹਿਬ ਕਹਿੰਦਾ ਸੀਨ ਤੋਂ ਪਰਾਂ ਹੋਣਗੇ ਜਾਂ ਘੱਟ ਐਕਟਿਵ ਹੋਣਗੇ ਤਾਂ ਮੇਰੀ ਵੀ ਵਾਰੀ ਆਏਗੀ ਸਿਆਸਤ ਦੇ ਵਿੱਚ ਜਿਹੜੀਆਂ ਇਸ਼ਾਵਾਂ ਹੁੰਦੀਆਂ ਨੇ ਉਹ ਸਾਰੇ ਬੰਦਿਆਂ ਦੀਆਂ ਹੁੰਦੀਆਂ ਨੇ ਜਿਹੜੇ ਬੰਦੇ ਸਿਆਸਤ ਦੇ ਵਿੱਚ ਆਉਂਦੇ ਨੇ ਉਹ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਦੀ ਗੋਸ਼ਟ ਕਰਦਾ ਫਿਰ ਕਹਿੰਦਾ ਐਮਲ ਦੀ ਟਿਕਟ ਮਿਲ ਜੇ ਫਿਰ ਐਮਐਲਏ ਤੋਂ ਬਾਅਦ ਕਹਿੰਦਾ ਵੀ ਯਾਰ ਹੁਣ ਮੰਤਰੀ ਜੇ ਕੀਹਦੇ ਆਪਣਾ ਮੁੱਖ ਮੰਤਰੀ ਮੈਨੂੰ ਮੰਤਰੀ ਬਣਾ ਲੈਂਦਾ ਉਹ ਵਧੀਆ ਗੱਲ ਹੋਵੇ ਫਿਰ ਇਸ ਤਰ੍ਹਾਂ ਸਿਨਿਓਰਿਟੀ ਦਾ ਇੱਕ ਦੌਰ ਚੱਲਦਾ ਜਾਂਦਾ ਜਿਹੜੀ ਕਾਲੀ ਦਲ ਜਿਹੜੀ ਗੱਲ ਕਹਿ ਰਿਹਾ ਕਿ ਇਹਨਾਂ ਨੂੰ ਪ੍ਰਧਾਨ ਮੰਤਰੀ ਚਾਹੀ ਸੀ ਉਹ ਪੂਰਾ ਕਰ ਲਿਆ ਉਹਨਾਂ ਨੇ ਫਿਰ ਇਹਦਾ ਮਤਲਬ ਇਹੀ ਹੋਇਆ ਪ੍ਰਧਾਨਤਾ ਵੰਡ ਦਾ ਚਾਹ ਪੂਰਾ ਕੀਤਾ ਕਿਉਂਕਿ ਉਹਨਾਂ ਨੇ ਪ੍ਰਧਾਨ ਉਹਨੂੰ ਨਹੀਂ ਬਣਾਇਆ ਹਮ ਅਕਾਲੀ ਦਲ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਉਹ ਢੀਂਡਾ ਸਾਹਿਬ ਐਨੇ ਸੀਨੀਅਰ ਬੰ ਜੇ ਤੁਸੀਂ ਕਹਿੰਦੇ ਹੋ ਵੀ ਉਹ ਰਾਜ ਸਭਾ ਦੀ ਟਿਕਟ ਵਾਸਤੇ ਯੋਗ ਸੀਗੇ ਉਹ ਪਾਰਲੀਮੈਂਟ ਦੀ ਟਿਕਟ ਵਾਸਤੇ ਯੋਗ ਸੀਗੇ ਉਹ ਕਹਿੰਦਾ ਐਮ ਐਲ ਏ ਦੀ ਟਿਕਟ ਲੜਾ ਆਪਣਾ ਟਿਕਟਾਂ ਵਾਸਤੇ ਯੋਗ ਸੀਗੇ ਉਹ ਪਾਰਟੀ ਦਾ ਸੈਕਟਰੀ ਜਨਰਲ ਦਾ ਉਹਦਾ ਹੋਲਡ ਕਰਨ ਵਾਸਤੇ ਹੋਰ ਕਮੇਟੀ ਵਿੱਚ ਸੀਗੇ ਹੋਰ ਕਮੇਟੀ ਵਿੱਚ ਸੀ ਸਾਰਿਆਂ ਜੱਟ ਕਿਉਂ ਜੇ ਉਹਨਾਂ ਦਾ ਇਹਨਾਂ ਦਾ ਤਜਰਬਾ ਸੀ ਫਿਰ ਜਦੋਂ ਬਾਲਸਹਾ ਪਾਲਸੀਨ ਤੋਂ ਪਰਾਂ ਹੋਏ ਜਾਂ ਪੋਲਿਟਿਕ ਜਿਹੜੇ ਐਕਟਿਵ ਪੋਲਿਟਿਕ ਉਹਨਾਂ ਨੂੰ ਪ੍ਰਧਾਨ ਕਿਉਂ ਨਹੀਂ ਬਣਾਇਆ ਸੋ ਪ੍ਰਧਾਨ ਤਾਂ ਤੁਸੀਂ ਨਹੀਂ ਬਣਾਇਆ ਨਾ ਇਸ ਕਰਕੇ ਉਹ ਬਾਹਰ ਗਏ ਤਾਂ ਹਰੇਕ ਬੰਦਾ ਸੁਪਨਾ ਹੈਗਾ ਕਿਹਦਾ ਸੁਪਨਾ ਹੋਏਗਾ ਸੁਖਵੀਰ ਵਾਲਾ ਸੁਪਨਾ ਨਹੀਂ ਹੈਗਾ ਜਾਂ ਕਿਸੇ ਕਾਲੀਦਾਲ ਦੇ ਹੋਰ ਕਿਸੇ ਮੈਂਬਰ ਦਾ ਸੁਪਨਾ ਨਹੀਂਗਾ ਸੁਪਨਾ ਸਭ ਦਾ ਹੈਗਾ ਅੱਛਾ ਪੋਲਿਟਿਕਸ ਵਿੱਚ ਸੁਪਨਾ ਸਭ ਦਾ ਚੱਲਦਾ ਰਹਿੰਦਾ ਹੈ ਸ਼ਾਮਾਂ ਚੱਲਦੀਆਂ ਰਹਿੰਦੀਆਂ ਨੇ ਤੋ ਇਸੇ ਕਰਕੇ ਸਾਰਾ ਇੱਕ ਸੰਕਟ ਪੈਦਾ ਹੋਇਆ ਸੁਪਨਾ ਇਹਦਾ ਆਪਦਾ ਹੈ ਜਾਂ ਪੁੱਤਰ ਲਈ ਸੁਪਨੇ ਆ ਬਿਲਕੁਲ ਪੁੱਤਰ ਲਈ ਵੀ ਹੋਏਗਾ ਕਿਉਂਕਿ ਪੰਜਾਬ ਦੀ ਜਿਹੜੀ ਪੋਲਿਟਿਕਸ ਹੈਗੀ ਆ ਉਹ ਤਾਂ ਚੱਲਦੀ ਹੀ ਪਰਿਵਾਰਾਂ ਦੇ ਨਾਂ ਨਾਲ ਹੈਗੀ ਆ ਉਹਦੇ 'ਚ ਤਾਂ ਕੋਈ ਰੌਲਾ ਹੀ ਨਹੀਂ ਹੈਗਾ ਜੇ ਤੁਸੀਂ ਦੇਖੋ ਪੰਜਾਬ ਦੀ ਪੋਲਿਟਿਕਸ ਵਿੱਚ ਹੈ ਕੀ ਪੰਜਾਬ ਦੀ ਪੋਲਿਟਿਕਸ ਵਿੱਚ ਪੰਜ ਛੇ ਪਰਿਵਾਰ ਨੇ ਜਿੰਨੇ ਨੇ ਜਿਹੜੇ ਕਿ ਡੋਮੀਨੇਟ ਕਰਦੇ ਨੇ ਪੰਜ ਛੇ ਹਾਊਸ ਵਿੱਚ ਰਿਸ਼ਤੇਦਾਰ ਨੇ ਬਾਦਲ ਸਾਹਿਬ ਲਾ ਲਓ ਪ੍ਰਤਾਪ ਸਿੰਘ ਕੈਰੋਂ ਦਾ ਪਰਿਵਾਰ ਲਾ ਲਓ ਦੇਸ਼ ਪ੍ਰਤਾਪ ਕੈਰੋਂ ਦਾ ਸਾਹਨੇ ਲਾ ਹੈਗਾ ਕਹਿੰਦਾ ਉਸ ਤੋਂ ਬਾਅਦ ਕਹਿੰਦਾ ਬਰਾੜਾ ਦਾ ਪਰ ਪਰ ਬਰਾੜ ਪਰਿਵਾਰ ਲਾ ਲਓ ਬਰਾੜ ਪਰਿਵਾਰ ਤੇ ਕਹਿੰਦਾ ਆਪਣਾ ਅਮਰਿੰਦਰ ਸਿੰਘ ਦਾ ਪਰਿਵਾਰ ਲਵਾ ਲਓ ਇਹ ਪੰਜ ਛੇ ਪਰਿਵਾਰਾਂ ਨੇ ਸਿਆਸਤ ਹੈ ਪੰਜਾਬ ਚ ਦੋ ਤਿੰਨ ਹੀ ਮੁੱਖ ਮੰਤਰੀ ਬਣੇ ਨੇ ਜਿਹੜੇ ਕਿ ਬਾਹਰੋਂ ਆਏ ਨੇ ਹਮ ਬਾਕੀ ਸਾਰੇ ਪਰਿਵਾਰਾਂ ਚੋਂ ਹੀ ਆਏ ਨੇ ਉਪਾਣ ਦੀ ਬਰਵਾਲ ਹਰਜਨ ਸਿੰਘ ਬਰਵਾਲ ਬਰਵਾਲ ਲਾਲ ਉਹ ਪਾਵਾ ਪ੍ਰਤਾਪ ਸਿੰਘ ਕੈਰੋਂ ਦਾ ਪਰਿਵਾਰ ਲਾਲੋ ਪਾਵਾ ਬਾਲਸਾ ਦਾ ਪਰਿਵਾਰ ਲਾਲੋ ਪਾਵਾ ਅਸਦਾਰ ਮ੍ਰਿੰਦ ਸਿੰਘ ਦਾ ਪਰਿਵਾਰ ਲਾਲੋ ਇੱਕ ਬਿਆਨ ਸੀ ਕਿ ਜਿਹੜੇ ਬਾਹਰੋਂ ਆਏ ਸੀਗੇ ਜਿਹੜਾ ਗੈਨੀ ਜੈਲ ਸਿੰਘ ਸੀ ਜਿਹੜੇ ਬਾਹਰੋਂ ਆਏ ਸੀ ਥੋੜੀ ਚਿਰ ਦੇ ਦਰਵਾਰਾ ਸਿੰਘ ਆਏ ਸੀ ਜਿਹੜੇ ਬਾਹਰੋਂ ਆਏ ਨੇ ਬਾਕੀ ਤਾਂ ਪਰਿਵਾਰਾਂ ਚ ਹੀ ਆਉਂਦੇ ਰਹੇ ਨੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਹੈਗੇ ਨੇ ਇਸ ਪਰਿਵਾਰ ਦੇ ਪੱਲੇ ਸਰ ਕੁਝ ਪਊਗਾ ਟੀਨਸਾ ਪਰਿਵਾਰ ਦੇ ਪੱਲੇ ਜャ ਸਿਰਫ ਥੋੜੀਆਂ ਬੋਤ ਵੋਟਾਂ ਕੱਟ ਦੇਣਗੇ ਕਾਲੀ ਜਲਦੀ ਬਸ ਇਸ ਤੋਂ ਇਲਾਵਾ ਕੁਝ ਨਹੀਂ ਟੀਨਸਾ ਸਭ ਦੇ ਕੀਰਸਾ ਸਾਹਿਬ ਉਸ ਇਲਾਕੇ ਨੂੰ ਬਲੌਂਗ ਕਰਦੇ ਆ ਜਿਹੜਾ ਕਿ ਪੰਥਕ ਇਲਾਕਾ ਤੇ ਕਿਸੇ ਸਮੇਂ ਜਿਹੜਾ ਸੰਗਰੂਰ ਇਲਾਕਾ ਸੀ ਉਹ ਸਭ ਤੋਂ ਵੱਡੀ ਇੱਕ ਧਿਰ ਸੀ ਕਾਲੀਦਾਲ ਦੀ ਉਹ ਡੇਰੇ ਦਾ ਇਲਾਕਾ ਵੀ ਹੈ ਬਹੁਤ ਡੇਰੇ ਦਾ ਇਲਾਕਾ ਵੀ ਸੀਗਾ ਉਹ ਤਾਂ ਹੋਇਆ ਕਿ ਹੌਲੀ-ਹੌਲੀ ਉਹ ਬੇਮੁਖੰਦੇ ਗਏ ਲੋਕ ਕ ਪੰਥਕ ਪੋਲਿਟਿਕਸ ਤੋਂ ਦੂਰ ਜਾਂਦੇ ਰਹੇ ਲੋਕਾਂ ਨੂੰ ਥੋੜੀ ਜਿਹੀ ਨਾਰਾਜ਼ਗੀ ਹੋ ਗਈ ਉਹ ਦੂਰ ਜਾਣਾ ਸ਼ੁਰੂ ਹੋ ਗਏ ਕੀਰਸਾ ਸਾਹਿਬ ਇਹ ਜਿਹੜਾ ਸੰਗਰੂਰ ਹੈ ਇੱਥੋਂ ਕਈ ਵਾਰੀ ਕਾਲੀਦਾਲ ਸਾਰੀਆਂ 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 ਕੀ ਦੇ ਸੀਟਾਂ ਜਿੱਦਦਾ ਰਿਹਾ ਹੈ ਗਿਆ 10 10 11 ਵਗ 11 ਸੀਟਾਂ ਇਸ ਇਲਾਕੇ ਚੋਂ ਜਿੱਦਾਰੇ ਆ ਮਾਨਸਾ ਬਠਿੰਡਾ ਫਰੀਦਕੋਟ ਤੇ ਸੰਗਰੂਰ ਇਹ ਪੰਥ ਮਤਲਬ ਪੰਥ ਦੀ ਰੀੜ ਦੀ ਹੱਡੀ ਮਾਲਵੇ ਦੇ ਚਾਰ ਟਾਪ ਦੇ ਜਿਹੜੇ ਜਿੰਨਾ ਜਿੰਨਾ ਪੰਥ ਖੜਕੇ ਜਿਹੜੀ ਆਮ ਆਦਮੀ ਪਾਰਟੀ ਦਾ ਹਵਾਰ ਹੋਇਆ ਉਹ ਕਾਲੀ ਦਲ ਦੇ ਵਿਰੁੱਧ ਉੱਠਿਆ ਉਹ ਕਾਂਗਰਸ ਦੇ ਖਿਲਾਫ ਨਹੀਂ ਸੀਗਾ ਉੱਥੇ ਉਹ ਕਾਲੀ ਦਲ ਦੇ ਵਿਰੁੱਧ ਉੱਠਿਆ ਸੀ ਉਹ ਸਾਰਾ ਹਵਾਰ ਜਣਾ ਹੈਗਾ ਸੀ ਇਸ ਕਰਕੇ ਕਾਲੀ ਦਲ ਨੂੰ ਹੀ ਉੱਥੇ ਬਹੁਤ ਵੱਡੀ ਮਾਰ ਪਈ ਉਸ ਇਲਾਕੇ ਵਿੱਚ ਜੇ ਹੁਣ ਢੀਂਸਾ ਸਾਹਿਬ ਜਿਹੜਾ ਉਹ ਕਾਲੀ ਦਲ ਦਾ ਜਿਹੜਾ ਉਹ ਸੈਂਟੀਮੈਂਟ ਸੀ ਜਿਹੜਾ ਕਿ ਕਾਲੀ ਦਲ ਦੇ ਉਦੋਂ ਖਿਲਾਫ ਗਿਆ ਸੀ ਉਹ ਆਪਣੇ ਨਾਲ ਜੋੜ ਲੰਦੇ ਨੇ ਦੁਬਾਰਾ ਜਿਹੜੇ ਕਿ ਲੋਕ ਕਾਲੀ ਦਲ ਤੋਂ ਬੇਮੱਖੋ ਕੇ ਪ੍ਰਕਾਰ ਖਾਸ ਕਰਕੇ ਬਾਦਲ ਪਰਿਵਾਰ ਨਾਲੋਂ ਬੇਮੱਖੋ ਕੇ ਦੂਰ ਗਏ ਸੀਗੇ ਜੋ ਉਹ ਆਪਣੇ ਨਾਲ ਜੋੜ ਲੰਦੇ ਨੇ ਤਾਂ ਮੇਰਾ ਖਿਆਲ ਹੈ ਕਿ ਢੀਂਸਾ ਸਾਹਿਬ ਨੂੰ ਕਾਫੀ ਹੱਦ ਤੱਕ ਇਸ ਸਿਆਸਤ ਵਿੱਚ ਸਫਲਤਾ ਮਿਲ ਸਕਦੀ ਹੈ ਉਹ ਇੱਕ ਵੱਡੀ ਧਿਰ ਮਾਲ ਵਿੱਚ ਬਣ ਕੇ ਉੱਭਰ ਸਕਦੇ ਨੇ ਬਾਕੀ ਉਹ ਮਿਹਨਤ ਕਿੰਨੀ ਕਰਦੇ ਨੇ ਕਿਉਂਕਿ ਜੇ ਤੁਸੀਂ ਨਵੀਂ ਪਾਰਟੀ ਬਣਾਉਣੀ ਹੋ ਨਵੀਂ ਪਾਰਟੀ ਬਣਾਉਣ ਵਾਸਤੇ ਤੁਹਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਦਿਨ ਰਾਤ ਦਾ ਕੰਮ ਹੈ ਸੋ ਜੇ ਤੁਸੀਂ ਉਹ ਮਿਹਨਤ ਕਰ ਲੈਂਦੇ ਨੇ ਉਹਦੇ ਨਾਲ ਕੁਝ ਬੰਦੇ ਲੀਡਰ ਅਕਸੇ ਜੁੜ ਜਾਂਦੇ ਨੇ ਤਾਂ ਕੀ ਨਾ ਇਹ ਉਹ ਇੱਕ ਵੱਡੀ ਥਿਰ ਬਣ ਸਕਦੇ ਤੁਸੀਂ ਬੜਾ ਵੱਡਾ ਸੁਪਨਾ ਦਿਖਾਦਾ ਤਾਲੀਵਾਲ ਸਾਹਿਬ ਕਿ ਮਾਲਵੇ ਜਿਹੜੇ ਚਾਰ ਜ਼ਿਲ੍ਹਿਆਂ ਦਾ ਤੁਸੀਂ ਜ਼ਿਕਰ ਕੀਤਾ ਮੇਰਾ ਸਵਾਲ ਇਹ ਹੈ ਤਾਲੀਵਾਲ ਸਾਹਿਬ ਢੀਂਸਾ ਸਾਹਿਬ ਉੱਤੇ ਕਹਿੰਦੇ ਕਿ ਸੰਗਰੂਰ ਦੇ ਕੱਲੇ ਸੀਐਮ ਹੈ ਇਸ ਤੋਂ ਇਲਾਵਾ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਨਹੀਂ ਨਹੀਂ ਇਹ ਜੀ ਕੋਈ ਗੱਲ ਨਹੀਂ ਹੈਗੀ ਨਾਲੇ ਤਾਂ ਪ੍ਰਚਾਰ ਹੀ ਕਰਦਾ ਪਿਆ ਉਹ ਤੇ ਦੇਖੋ ਹਮੇਸ਼ਾ ਵਿਰੋਧੀ ਜਿਹੜਾ ਦਲ ਹੁੰਦਾ ਹੈ ਜਾਂ ਜਿਹੜਾ ਜਿਹਦੇ ਜਿਹੜਾ ਥੋੜਾ ਮੁੱਖ ਵਿਰੋਧੀ ਬਣ ਜਾਂਦਾ ਹੈ ਜਿਹਨੂੰ ਲੱਗਦਾ ਕਿ ਸਾਨੂੰ ਯਾਰੇ ਨੁਕਸਾਨ ਪਹਚਾਏਗਾ ਉਹ ਤਾਂ ਫਿਰ ਪ੍ਰਚਾਰ ਆਪਣਾ ਢੰਗ ਨਾਲ ਹੀ ਕਰਦਾ ਨਾ ਇਸ ਵਿੱਚ ਮਾਫੀ ਤਾਂ ਕੋਈ ਹੁੰਦੀ ਨਹੀਂ ਸਿੱਧੀ ਘਟੀਂਸ ਸਾਨੂੰ ਤੁਸੀਂ ਮਾਰਦੇ ਲੀਡਰ ਹੀ ਮੰਨਦੇ ਮਾਝ ਦੁਆਬੇ ਤਾਂ ਨਹੀਂ ਮਾਝ ਦੁਆਬੇ 'ਚ ਉਹਨਾਂ ਦਾ ਬਹੁਤਾ ਜ਼ਿਆਦਾ ਅਸਰ ਨਹੀਂ ਹੈਗਾ ਮਾਝੇ ਦੁਆਬੇ 'ਚ ਉਹਨਾਂ ਨੇ ਕੁਝ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਦੇ ਨਾਲ ਕੁਝ ਬੰਦੇ ਆ ਕੇ ਆ ਜਾਣ ਕੁਝ ਤਾਂ ਆ ਹੀ ਗਏ ਨੇ ਸੇਵਾ ਸਿੰਘ ਸੇਖਵਾ ਵਗੈਰਾ ਉਹਨਾਂ ਦੇ ਨਾਲ ਆ ਗਏ ਨੇ ਪਰ ਬਰਮਪੁਰਾ ਜਿਹੜਾ ਵੱਡਾ ਲੀਡਰਸ਼ਿਪ ਵੱਡੇ ਲੀਡਰ ਸੀ ਕਿੰਤੂ ਪ੍ਰੰਤ ਵੀ ਕੀਤਾ ਹੈਗਾ ਸੋ ਮਾਝੇ ਦੇ ਦਬਾਬੇ ਵਿੱਚ ਉਹਨਾਂ ਦੀ ਓਡੀ ਵੱਡੀ ਸ਼ਾਖ ਨਹੀਂ ਹੈਗੀ ਜਿੰਨੀ ਕਿ ਉਹਨਾਂ ਨੇ ਮਾਲ ਵਿੱਚ ਉਹਨਾਂ ਨੂੰ ਸਪੋਰਟ ਮਿਲ ਸਕਦੀ ਹੈ ਇਹਦੇ ਵਿੱਚ ਤਾਂ ਕੋਈ ਦੋਰਾਵਾ ਨਹੀਂ ਹੈ ਗਿਆ ਕੋਸ਼ ਸੀਗੇ ਤਰਸਾਲੀ ਦਲ ਦੇ ਉਹਨਾਂ ਦੇ ਨਾਲ ਆ ਜਾਂਦਾ ਤਾਂ ਫਿਰ ਮਾਝੇ ਚ ਵੀ ਉਹਨਾਂ ਦੀ ਥੋੜੀ-ਮੋਟੀ ਗੱਲਬਾਤ ਅੱਗੇ ਚੱਲ ਸਕਦੀ ਸੀ ਇੱਕ ਮੈਂ ਜੋ ਟੀਨਸਾ ਸਾਨੂੰ ਮੈਂ ਸਵਾਲ ਕਰ ਰਿਹਾ ਸੀਗਾ ਇਸ ਮੰਚ ਤੋਂ ਜਿਵੇਂ ਜਿਵੇਂ ਉਹਨਾਂ ਨੇ ਸਵਾਲ ਕੀਤਾ ਕਿ ਉਹਨਾਂ ਕੋਲੇ ਕਿਹੜੇ-ਕਿਹੜੇ ਬਦਲ ਹੈਗੇ ਭਗਵੰਤ ਮਾਨ ਉਹਨਾਂ ਨੇ ਛੋਟਾ ਭਰਾ ਦੱਸਿਆ ਸੀਗਾ ਤੇ ਭਗਵੰਤ ਮਾਨ ਜਿਹੜੀ ਛੁੱਲੀ ਛੱਡੀ ਹੈ ਉਹਦੇ ਵਿੱਚ ਕੋਈ ਦਮ ਨਜ਼ਰ ਆ ਰਿਹਾ ਤੁਹਾਨੂੰ ਦੇਖੋ ਜੇ ਬੜੀ ਹੀ ਉਹਨਾਂ ਨੇ ਇੱਕ ਸਟ੍ਰੈਟੈਜੀਕ ਜਿਹਨੂੰ ਕਹਿੰਦੇ ਨਾ ਬਣੀ ਕਿ ਰਾਣ ਮੈਂ ਕੋ ਲੱਲਾ ਨਾਲ ਮੈਂ ਤੁਹਾਡਾ ਸਵਾਲ ਵੀ ਪੁੱਛਾਂਗਾ ਇਸ ਤੋਂ ਬਾਅਦ ਰਣਨੀਤੀ ਹਾਂ ਹਾਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਰ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਸਾਹ ਬੋਰੇ ਜੀ ਕਿੱਥੋਂ ਬੋਰੇ ਜੀ ਸਰੋਂ ਸੇ ਪਰੰਪਰਾ ਬੋਲਦਾ ਜੀ ਹਾਂ ਜੀ ਹਾਂ ਜੀ ਹਾਂ ਜੀ ਗੱਲ ਕਰ ਸਕਦੇ ਹਾਂ ਜੀ ਤੁਸੀਂ ਸਵਾਲ ਕਰ ਸਕਦੇ ਹੋ ਜੀ ਬੋਲੋ ਜੀ ਆਪਣੇ ਆ ਅੱਜ ਮੁੱਦੇ ਦੇ ਆਹਰੀ ਨੇ ਗੱਲ ਕਾਲੀਆਂ ਵੀ ਹਾਂ ਜੀ ਹਾਂ ਜੀ ਹਾਂ ਜੀ ਬੋਲੋ ਜੀ ਹਾਂਜੀ ਹਾਂਜੀ ਇਹ ਤੇਨ ਸਾਹਬ ਦਾ ਹੀ ਧੰਨਵਾਦ ਕਰਨਿਆ ਜਿਹੜੇ ਇੱਕ ਬੜਾ ਸੂਝਵਾਨ ਲੀਡਰ ਉਹੇ ਖਾ ਕੱਢ ਰਹੇ ਨੇ ਬਾਦਲ ਕਾਲੀ ਦਲ ਤੇ ਕਾਲੀ ਦਲ ਇਹ ਪਿੰਡਾਂ ਜ ਰਹਿੰਦੇ ਸਾਨੂੰ ਇਹ ਨਹੀਂ ਪਤਾ ਸੀ ਤੱਕੜੀ ਨੂੰ ਬੋਰਡ ਪਾਣੇ ਤੱਕ ਇਹ ਤੁਹਾਨੂੰ ਮੈਂ ਪਿੱਛੇ ਲੈ ਜਾਨਾ ਕਿ 40 ਸਾਲ ਪਹਿਲਾ ਕਾਂਗਰਸ ਦਾ ਨਿਸ਼ਾਨ ਹੁੰਦਾ ਸੀ ਦੋ ਬਲਦਾਂ ਦੀ ਜੋੜੀ ਫਿਰ ਗਊ ਬਛੜਾ ਜਦੋਂ ਇੰਦਰਾ ਗਾਂਧੀ ਨੇ ਉਹ ਬਣਾ ਲਿਆ ਆਪਣਾ ਆਧਿਕ ਆਈ ਕਾਂਗਰਸ ਇੰਦਰਾ ਕਾਂਗਰਸ ਕੋਰਟ 'ਚ ਜਾ ਕੇ ਉਹਨਾਂ ਨੂੰ ਲੌਂਚ ਲੌਂਚ ਕਰਨਾ ਪਿਆ ਹੈ ਗਊ ਬਛੜਾ ਦਾ ਨਿਸ਼ਾਨ ਇਹ ਚੱਕੜੀ ਢਿੰਡਸਾ ਸਾਹਿਬ ਜਾ ਸਕਦਾ ਕੋਰਟ 'ਚ ਫੈਟ ਕਰਕੇ ਇਹ ਕਾਲੀਆਂ ਦਾ ਨਾ ਕਿ ਬਦਲ ਕਾਲੀ ਦਾ ਨਿਸ਼ਾਨ ਹੈ ਹੂੰ ਜੇ ਪਕੜਾ ਹੋ ਜੇ ਇਹਨਾਂ ਨੂੰ ਬੰਦਾ ਹਰਜੀ ਹੱਥਾਂ ਪੈਰਾਂ ਦੀ ਪੈ ਗਈ ਬਹੁਤ ਸੂਝਵਾਨ ਬੰਦਾ ਹੈ ਉਹ ਕਹਿੰਦਾ ਮੈਂ ਪਾਰਟੀ ਨਹੀਂ ਵੱਖਰੀ ਬਣਾਈ ਮੈਂ ਕਾਲੀ ਦਲ ਨੂੰ ਸੁਰਜੀਤ ਕਰ ਰਿਹਾ ਮਰੇ ਕਾਲੀ ਦਲ ਨੂੰ ਜੁਆ ਰਿਹਾ ਬਾਦਲ ਕਾਲੀ ਦਲ ਤੇ ਕਾਲੀ ਦਲ ਚ ਪਿੰਡੂ ਲੋਕਾਂ ਨੂੰ ਕੋਈ ਭਲੇਖਾ ਨਹੀਂ ਪਤਾ ਹੀ ਕੋਈ ਨਹੀਂ ਇਹ ਭਲੇਖਾ ਕੱਢਦੇ ਆ ਕੱਢਦੇ ਆ ਜਨ ਸੰਗ ਨੂੰ 30 40 ਸਾਲ ਲੱਗੇ ਨੇ ਤੇ ਇਹ ਦੋ ਸਾਲਾਂ ਚ ਕਿਦਾਂ ਕੱਢ ਲਾਂਗੇ ਜੋ ਜੁਗਰਤ ਇਤਸਾ ਆ ਗਿਆ ਭੇਖਾ ਨਿਕਲ ਜਾਣਾ ਕਾਲੀ ਦਲ ਕੌਣ ਬਾਦਲ ਕਾਲੀ ਦਲ ਕੌਣ ਚਲੋ ਠੀਕ ਠੀਕ ਹੈ ਜੀ ਤੁਹਾਡਾ ਤੁਹਾਡਾ ਪੁਆਇੰਟ ਅਸੀਂ ਲੈ ਰਹੇ ਹਾਂ ਸ਼ੁਕਰੀਆ ਸ਼ੁਕਰੀਆ ਚਲੋ ਸਭ ਜਿਹੜਾ ਮਾਨਸਾਹ ਵਾਲੀ ਵੀ ਆਪਾਂ ਗੱਲ ਪੂਰੀ ਕਰਾਂਗੇ ਇਹਨਾਂ ਜਿਹੜਾ ਪੁਆਇੰਟ ਚੁੱਕਿਆ ਕਹਿੰਦੇ ਅਸਲ ਅਕਾਲੀ ਦਲ ਦਾ ਫੈਸਲਾ ਕਰ ਰਿਹਾ ਸੋ ਜੇ ਸਟੇਟ ਸਰ ਤੁਸੀਂ ਸਹਿਮਤ ਹੋ ਇਹਨਾਂ ਦੇਖੋ ਲੜਾਈ ਤਾਂ ਇਸ ਕਾਲ ਦੇ ਹਕੀਕਤ ਜਿਹੜੇ ਟੀਨ ਸਾਹਿਬ ਨੇ ਕਿਹਾ ਹੈ ਕਿ ਸਾਡਾ ਸ਼੍ਰੋਮਣੀ ਕਾਲ ਦਲ ਅਸਲੀ ਹੈ ਉਹਦਾ ਬਾਦਲ ਪਰਿਵਾਰ ਦਾ ਕਾਲੀ ਦਲ ਹੈ ਦੇਖੋ ਇਸ ਪਿੱਛੇ ਤਾਂ ਲੜਾਈ ਹੁਣ ਚੱਲੀ ਪਈ ਐ ਤੁਹਾਨੂੰ ਪਤਾ ਕਿ ਆਉਣ ਵਾਲੇ ਦਿਨਾਂ ਵਿੱਚ ਚੋਣ ਨਿਸ਼ਾਨ ਪਿੱਛੇ ਵੀ ਲੜਾਈ ਹੋਏਗੀ ਜਿਹੜੀ ਆਪਣੀ ਪਾਰਟੀ ਦੀ ਰਜਿਸਟ੍ਰੇਸ਼ਨ ਐ ਇਲੈਕਸ਼ਨ ਕਮਿਸ਼ਨ ਕੋਲੇ ਉਹਦੇ ਵਾਸਤੇ ਵੀ ਲੜਾਈ ਹੋਏਗੀ ਸੁਭਦਾਨ ਪਿੱਛੇ ਪਹਿਲਾਂ ਲੜਾਈ ਚੱਲਦੀ ਪਈ ਐ ਸੁਭਦਾਨ ਸਿੰਘ ਦਾ ਪਹਿਲਾਂ ਹੀ ਚੱਲੋ ਹਾਂ ਦਾ ਕਾਫੀ ਪੁਰਾਣਾ ਕੇਸ ਚੱਲ ਰਿਹਾ ਹੈ ਹਨਾ ਤੇ ਉਹ ਇਸ ਕਰਕੇ ਲੜਾਈ ਤਾਂ ਹੀ ਚੱਲੇਗੀ ਉਹਦੇ ਵਿੱਚ ਦੋ ਗੱਲਾਂ ਹੋਣੀਆਂ ਐ ਉਸ ਲੜਾਈ ਵਿੱਚੋਂ ਜਿਹੜੀ ਨਵੀਂ ਪਾਰਟੀ ਬਣੀ ਐ ਉਹਨੂੰ ਪਾਲਿਸਟੀ ਬੜੀ ਮਿਲੇਗੀ ਹਮ ਜਦੋਂ ਕੋਰਟਾਂ 'ਚ ਜਾਣਗੇ ਕੇਸ ਕਰਨਗੇ ਤਾਂ ਉਹਨਾਂ ਨੂੰ ਇੱਕ ਅਖਬਾਰਾਂ ਵਿੱਚ ਉਹਨਾਂ ਦਾ ਨਾਮ ਦਿੱਲੀ ਆਏਗਾ ਅਖਬਾਰ ਚੱਪੜੇ ਵੀ ਕੀ ਹੋ ਰਿਹਾ ਹੈ ਤਾਂ ਇਸ ਕਰਕੇ ਇੱਕ ਉਹਨਾਂ ਨੂੰ ਰੋਜ਼ਾਨਾ ਜਿਹੜੀ ਇੱਕ ਆਕਸੀਜਨ ਜਾਇਂਦੀ ਹੁੰਦੀ ਹੈ ਪੋਲਿਟਿਕਲ ਪਾਰਟੀ ਨੂੰ ਉਹ ਵੀ ਮਿਲੇਗੀ ਤਾਂ ਜੇ ਭਾਰਜ ਕੋ ਰੋ ਕੇ ਖੀਰ ਚ ਫੈਸਲਾ ਹੋ ਜਾਂਦਾ ਹੈ ਕਿ ਨਹੀਂ ਜੀ ਅਸਲੀ ਸ਼ਰਮਣੀ ਕਲਦਲ ਜਿਹੜਾ ਪਹਿਲਾਂ ਰਜਿਸਟਰ ਹੋਇਆ ਹੋਇਆ ਉਹ ਹੈਗਾ ਤਾਂ ਮੁੜ ਕੇ ਤੀਰਸਾ ਕਹਿ ਸਕਦਾ ਹੈ ਵੀ ਸਾਡੇ ਚੋਂ ਸ਼ਰਮਣੀ ਕਲਦਲ ਡੈਮੋਕ੍ਰੈਟਿਕ ਹੈਗਾ ਜਿਵੇਂ ਕਿ ਹੁਣ ਕੁਝ ਬੰਦਿਆਂ ਨੇ ਉਹ ਡੈਮੋਕ੍ਰੈਟਿਕ ਪਾਰਟੀ ਕਹਾ ਕੇ ਰਹੇ ਹਨ ਪਰ ਉਹਨਾਂ ਨੇ ਇਨਕਾਰ ਕੀਤਾ ਡੈਮੋਕ੍ਰੈਟਿਕ ਸ਼ਬਦ ਤੋਂ ਹਾਂ ਉਹਨਾਂ ਨੇ ਕੀਤਾ ਇਨਕਾਰ ਕੀਤਾ ਉਹਨਾਂ ਨੇ ਤਾਂ ਇਨਕਾਰ ਕੀਤਾ ਹੈਗਾ ਕਿ ਸਾਡੀ ਅਸਲੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਅਸਲੀ ਸਾਡਾ ਹੈਗਾ ਜਿਹੜਾ ਕਿ ਅਸੀਂ ਜਿਹੜਾ ਸੁਖਵੀਰ ਬਾਦਲ ਹੈਗਾ ਉਹਨੂੰ ਪਾਰਟੀ ਤੋਂ ਲਾਂਬੇ ਕਰਕੇ ਇੱਕ ਨਵੇਂ ਪ੍ਰਧਾਨ ਦੀ ਚੋਣ ਕੀਤੀ ਹੈ ਉਹ ਨਵਾਂ ਪ੍ਰਧਾਨ ਸੁਦੇਸ਼ ਸਿੰਘ ਟੀਨਸਾ ਹੈ ਜੀ ਭਗਵੰਤ ਮਾਨ ਨੇ ਇਹ ਛੋਲੀ ਛੱਡੀ ਉਹ ਆ ਕੇ ਮਾਨ ਸਾਹਿਬੀ ਸਾਹਮਣੇ ਭਗਵੰਤ ਮਾਨ ਦੀ ਦੇਖੋ ਜਿਹੜੀ ਸਟੇਟਮੈਂਟ ਹੈ ਨਾ ਉਹਦੇ ਵਿੱਚ ਬੜੀ ਰਣਨੀਤੀ ਹੈ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਇਹ ਟੈਂਸਾ ਅਪਣਾ ਕੇ ਨਾ ਇਹ ਪਰਿਵਾਰ ਹੈਗਾ ਮਜੀਠਿਆ ਪਰਿਵਾਰ ਤੇ ਸੁਖਵੀਰ ਬਾਦਲ ਉਹਨਾਂ ਦੇ ਵਿੱਚ ਇੱਕ ਆਪਣਾ ਉਹਨਾਂ ਦੇ ਵਿੱਚ ਕੋਈ ਨਾ ਡਾਊਟਸ ਰਿਸ਼ਕ ਖੜੇ ਕੀਤੇ ਜਾਣ ਜਾਣਵਿਕ ਖੜੇ ਕੀਤੇ ਜਾਣ ਜਾਨ ਜਵਬ ਕਿਸ਼ਾ ਚਲੋ ਮੈਂ ਇਸ ਸਵਾਲ ਦੇ ਵਾਪਸ ਹੋਵਾਂਗੇ ਛੋਟਾ ਬ੍ਰੇਕ ਲੈ ਲੇਗੀ ਜੀ ਜੀ ਇੱਕ ਛੋਟਾ ਬ੍ਰੇਕ ਲੈਣੇ ਬ੍ਰੇਕ ਤੋਂ ਵਾਪਸ ਆਵਾਂਗੇ ਛੁਰਲੀਆਂ ਬਹੁਤ ਛੜੀਆਂ ਜਾਂਦੀਆਂ ਸਿਆਸਤ ਦੇ ਵਿੱਚ ਪਰ ਇਸ ਸਿਆਸਤ ਨੂੰ ਜ਼ਮੀਨ ਤੇ ਸਮੇਂ ਨਾਲ ਪਵੇਗਾ ਜੇ ਅਸੀਂ ਇਸ ਸੋਚ ਕੇ ਚੱਲੀਏ ਕਿ ਕੋਈ ਕਿਸ ਦੇ ਪਿੱਛੇ ਹੈਗਾ ਪਿੱਛੇ ਲੱਗਣ ਦੇ ਲਈ ਵੀ ਤੁਹਾਡੇ ਗੋਡਿਆਂ ਵਿੱਚ ਵੀ ਭਾਰ ਚਾਹੀਦਾ ਤਾਂ ਕੋਈ ਪਿੱਛੇ ਲੱਗਦਾ ਹੁੰਦਾ ਸਵਾਲ ਬਹੁਤ ਸਾਰੇ ਹੈਗੇ ਆ ਤੁਹਾਡੇ ਜਾਣ ਵਿੱਚ ਵੀ ਹੋਣਗੇ ਤੁਸੀਂ ਕਾਲ ਕਰ ਸਕਦੇ ਹੋ ਸੰਜੀਦਾ ਚਰਚਾ ਜਿਹੜੀ ਬੰਦੀ ਹੈਗੀ ਇਹ ਪੰਜਾਬ ਦੀ ਸਿਆਸਤ ਹੈ ਅਸੀਂ ਉਹ ਕੋਸ਼ਿਸ਼ ਕਰ ਰਹੇ ਹਾਂ ਅੱਜ ਇਕੋ ਵਫੇ ਤੁਹਾਡਾ ਸਵਾਗਤ ਹੈ ਅੱਜ ਦਾ ਮੁੱਦਾ ਵਿੱਚ ਟੀਨਸਰੀ ਪ੍ਰਧਾਨਗੀ ਪਿੱਛੇ ਕੋਣ ਅਸੀਂ ਇਸੇ ਸੇ ਚਰਚਾ ਕਰ ਰਹੇ ਹਾਂ ਤਾਲੀਬਾ ਸਾਹਿਬ ਸਾਡਾ ਮੌਜੂਦ ਹੈਗੇ ਤਾਲੀਬਾ ਸਾਹਿਬ ਮਾਨ ਸਾਹਿਬ ਵਾਲੀ ਗੱਲ ਪੂਰੀ ਕਰ ਲੋ ਪਹਿਲਾਂ ਮਾਨ ਸਾਹਿਬ ਨੇ ਜਿਹੜਾ ਚੁਟਕਲੇ ਸੁਣੋ ਤਾਂ ਨਹੀਂ ਪਹਿਲਾਂ ਇਹ ਚੁਟਕਲਾ ਤਾਂ ਨਹੀਂਗਾ ਮਾਨ ਸਾਹਿਬ ਦਾ ਨਹੀਂ ਦੇਖੋ ਉਹਨਦੀ ਰਣਨੀਤੀ ਉਹਦੇ ਚ ਰਣਨੀਤੀ ਹੈਗੀ ਚੁਟਕਲਾ ਤਾਂ ਨਹੀਂਗਾ ਨਹੀਂ ਚੁਟਕਲਾ ਨਹੀਂ ਹੈਗਾ ਉਹ ਬੜੀ ਸੋਚ ਸਮਝ ਕੇ ਦਿੱਤੀ ਹੋਈ ਸਟੇਟਮੈਂਟ ਹੈ ਬੜੀ ਬਣਾਤ ਉਹਨਾਂ ਨੇ ਮੜੀ ਸਜਾਫਵਾ ਕੇ ਸਟੇਟਮੈਂਟ ਲਾਈ ਆ ਉਹ ਜਿਹੜੀ ਲਾਈ ਆ ਸੋ ਇਸ ਕਰਕੇ ਉਹਦੇ ਵਿੱਚ ਰਣਨੀਤੀ ਹੈਗੀ ਉਹ ਇੱਕ ਡਾਊਟ ਇਹਨੂੰ ਕਹਿੰਦਾ ਮੈਂ ਸ਼ੱਕ ਪੈਦਾ ਕਰਨਾ ਚਾਹੁੰਦਾ ਇੱਕ ਪਰਿਵਾਰ ਹੈ ਬੰਦੇ ਦੀ ਪੋਲੀਟਿਕਲ ਪਰਿਵਾਰ ਵਿੱਚ ਤੇ ਮੈਨੂੰ ਨਹੀਂ ਲੱਗਦਾ ਕਿ ਹਲੇ ਕੋਈ ਮਜੀਠੀਆ ਜਿਹੜੇ ਆਪਣੀ ਮਜੀਠੀਆ ਹੈਗੇ ਨੇ ਆਪਣਾ ਵਿਕਰਮ ਮਜੀਠੀਆ ਹੈਗੇ ਨੇ ਉਹਨਾਂ ਦਾ ਕੋਈ ਪੰਜਾਬ ਦੀ ਪੰਥਕ ਪੋਲੀਟਿਕਸ ਵਿੱਚ ਕੋਈ ਵੱਡਾ ਸਥਾਨ ਬਣੇਗਾ ਜਾਂ ਉਹ ਸੁਖਵੀਰ ਬਾਦਲ ਨੂੰ ਰਿਪਲੇਸ ਕਰਨ ਦੀ ਸਥਿਤੀ ਵਿੱਚ ਹੈਗੇ ਨੇ ਹਲੇ ਜੇ ਪੰਥਕ ਪੋਲੀਟਿਕਸ ਵਿੱਚ ਜਿਹੜੀ ਹੈਗੀ ਕਾਲੀ ਪੋਲੀਟਿਕਸ ਵਿੱਚ ਹੈਗੀ ਜੇ ਇੱਕ ਧਿਰ ਜੇ ਬਾਦਲ ਪਰਵਾ ਮਤਲਬ ਕਿ ਇਹ ਸ਼ਰਮਣੀ ਕਾਲ ਦੇ ਬਾਦਲ ਹੈਗਾ ਜਿਹਨੂੰ ਕਹਿੰਦੇ ਆਪਾਂ ਤਾਂ ਉਹਦੇ ਵਿੱਚ ਸ਼ਖਵੀਰ ਬਾਲ ਦਾ ਹੀ ਸਥਾਨ ਰਹੇਗਾ ਮੇਰਾ ਖਿਆਲ ਮੁੱਖ ਸਥਾਨ ਉਹਨਾਂ ਦਾ ਹੀ ਰਹੇਗਾ ਹਾਲੇ ਕੋਈ ਇਹੋ ਜਿਹੀ ਕੋਈ ਨਾਇਸ਼ ਨਹੀਂ ਹੈਗੀ ਸਿਰਫ ਫਿਲਹਾਲ ਨਹੀਂ ਬ੍ਰਹਮਪੁਰਾ ਸਾਹਿਬ ਜੇ ਨਾਰਾਜ਼ ਹੁੰਦੇ ਆ ਤੇ ਬ੍ਰਹਮਪੁਰਾ ਸਾਹਿਬ ਦੀ ਨਾਰਾਜ਼ਗੀ ਦੀ ਵਜ੍ਹਾ ਵੀ ਮੰਨੀ ਜਾਂਦੀ ਹੈ ਕਿ ਮਾਜੇ ਦੀ ਜਰਨਲੀ ਹੈ ਜਿਹੜੀ ਸਾਨੂੰ ਨਹੀਂ ਮਿਲਦੀ ਪਈ ਤੇ ਜਿਹੜਾ ਭਗਵੰਤ ਮਾਨ ਦਾ ਇਸ਼ਾਰਾ ਉਹ ਵੀ ਮਜੀਠੀਆ ਪਰਿਵਾਰ ਤੇ ਆ ਰਿਹਾ ਇਹ ਤੇ ਹੁਣ ਬ੍ਰਹਮਪੁਰਾ ਪਰਿਵਾਰ ਫਿਰ ਕਹਿੰਦੇ ਅਕਾਲੀ ਦਲ ਦੇ ਨੇੜੇ ਜਾ ਰਿਹਾ ਕਿਵੇਂ ਸਮਝਾਇਆ ਜਾਵੇ ਸਰ ਇਹ ਪੂਰਾ ਖਿਚ ਬਰਮਪੁਰਾ ਸਾਹਿਬ ਹੀ ਸਭ ਤੋਂ ਪਹਿਲੇ ਬੰਦੇ ਸੀ ਜਿਨ੍ਹਾਂ ਨੇ ਕਿ ਢੀਂਟਸਾ ਸਾਹਿਬ ਨਾਲ ਇਕਤਾ ਦੀ ਗੱਲ ਸ਼ੁਰੂ ਕੀਤੀ ਸੀ। ਹੂੰ। ਸਭ ਤੋਂ ਪਹਿਲੀ ਜਿਹੜੀ ਮੀਟਿੰਗ ਹੋਈ ਸੀ ਉਹ ਪਿਛਲੇ ਸਾਲ ਨਵੰਬਰ ਵਿੱਚ ਬਰਮਪੁਰਾ ਦੇ ਇਨੀਸ਼ੀਏਟਿਵ ਤੇ ਹੋਈ ਸੀ। ਉਹਨਾਂ ਨੇ ਕਿਹਾ ਸੀ ਕਿ ਪੰਥ ਕੇ ਇਕਤਾ ਇੱਕ ਸਮੇਂ ਦੀ ਜ਼ਰੂਰਤ ਹੈ ਤੇ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਵੀ ਜਿਹੜੀਆਂ ਪੰਜ ਮੀਟਿੰਗਾਂ ਹੋਈਆਂ ਇੱਕ ਉਹਨਾਂ ਵਿੱਚ ਅੰਮ੍ਰਿਤਸਰ ਹੋਈ, ਇੱਕ ਤਰਨਤਾਰਨ ਹੋਈ, ਇੱਕ ਦਿੱਲੀ ਹੋਈ, ਇੱਕ ਸੰਗਰੂਰ ਹੋਈ, ਇੱਕ ਜਲੰਧਰ ਹੋਈ। ਇਹ ਪੰਜੇ ਮੀਟਿੰਗਾਂ ਵਿੱਚ ਵੀ ਬਰਮਪੁਰਾ ਸਾਹਿਬ ਸੀਗੇ। ਬਰੰਪੁਰਾਹਨ ਸਾਹ ਨੇ ਹੀ ਪ੍ਰਪੋਜ਼ ਕੀਤਾ ਸੀਗਾ ਕਿ ਸੁਖਦੇਵ ਸਿੰਘ ਕੀਨ ਸਾਨੂੰ ਪ੍ਰਧਾਨ ਬਣਾਇਆ ਜਾਏਗਾ ਬਾਅਦ ਵਿੱਚ ਕੀ ਡਿਵੈਲਪਮੈਂਟਸ ਹੋਈਆਂ ਉਹਦੇ ਵਿੱਚ ਕੀ ਹੋਇਆ ਦੇਖੋ ਜਿਹੜਾ ਮਾਝੇ ਵਾਲਾ ਪੰਥਕ ਦਾ ਅਦਾਲਸੀ ਗਾਮ ਚ ਕਰੋ ਉਹ ਪਹਿਲਾਂ ਵਿੱਚੋਂ ਉਹਨਾਂ ਚ ਰਤਨ ਸਿੰਘ ਜੀ ਨਾਲ ਆ ਜਾ ਉਹਨਾਂ ਦਾ ਬੇਟਾ ਜਿਹੜਾ ਬੌਨੀ ਹੈ ਜਨਾਲਾ ਸੀਗਾ ਉਹ ਪਹਿਲੇ ਹੀ ਵੱਖ ਹੋ ਗਿਆ ਸੀਗਾ ਮਤਲਬ ਪਾਰਟੀ ਫੁੱਟ ਪਹਿਲੇ ਬਣਨੀ ਸ਼ੁਰੂ ਹੋ ਗਈ ਸੀ ਹੁਣ ਸੁਖਦੇਵ ਸਿੰਘ ਢੀਂਟ ਸਾਹ ਜਿਹੜਾ ਆਪਣਾ ਜਿਹੜੇ ਕੀਨ ਸੇਵਾ ਸਿੰਘ ਸੇਖਵਾ ਹੈਗੇ ਨੇ ਹੁਣ ਉਹ ਇੱਧਰ ਆ ਗਏ ਨੇ ਮਤਲਬ ਇਹਨਾਂ ਨਾਲ ਆ ਗਏ ਨੇ ਤੇ ਉਹ ਪਾਰਟੀ ਜਿਹੜੀ ਚਾਰ ਪੰਜ ਵੱਡੇ ਲੀਡਰ ਸੀਗੇ ਉਹਦੇ ਚ ਨਾਲ ਜਿਹੜੇ ਆਪਣਾ ਮੀਰ ਦਿਵਿੰਦਰ ਸਿੰਘ ਨੇ ਉਹ ਵੀ ਇੱਧਰ ਆ ਗਏ ਨੇ ਜਿਹੜੀ ਬੱਬੀ ਬਾਦਲ ਸੀਗੇ ਉਹਨਾਂ ਦੇ ਉਹ ਵੀ ਉਹਨਾਂ ਦੀ ਕੋਰਟ ਕਮੇਟੀ ਦੇ ਮੈਂਬਰ ਸੀ ਸ਼ਾਇਦ ਉਹ ਵੀ ਡੂਸ ਦੇ ਸੀਗੇ ਉਹ ਵੀ ਇੱਧਰ ਆ ਗਏ ਨੇ ਤੇ ਹੁਣ ਸਵੇ ਆਪਣਾ ਉਸ ਪਾਰਟੀ ਵਿੱਚ ਸਾਲੀ ਕਾਲੀ ਦਾ ਹੈਗਾ ਉਹਦੇ ਵਿੱਚ ਬਰਨਪੁਰਾ ਪਰਿਵਾਰ ਹੀ ਰਹਿ ਗਿਆ ਹੈਗਾ ਕੱਲਾ ਮਤ ਮੇਰਾ ਖਿਆਲ ਹੈ ਸੋ ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਕੀ ਡਿਵੈਲਪਮੈਂਟਸ ਹੁੰਦੀਆਂ ਨੇ ਬਰਨਪੁਰਾ ਸਾਹਿਬ ਦੀ ਸਿਹਤ ਵੀ ਬਹੁਤ ਹੀ ਮੇਰਾ ਖਿਆਲ ਹੈ ਠੀਕ ਨਹੀਂ ਹੈਗੀ ਇਸ ਕਰਕੇ ਕੀ ਉਹ ਆਪਣੇ ਦੁਆਰਾ ਉੱਥੇ ਆਪਣੇ ਨੂੰ ਮਾਜੇ ਦੇ ਜਨਰਲ ਦੇ ਤੌਰ ਤੇ ਸਟੈਬਲਿਸ਼ ਕਰ ਸਕਣਗੇ ਇਹ ਇੱਕ ਆਪਣੇ ਆਪ ਵਿੱਚ ਸਵਾਲ ਵੱਡਾ ਹੈਗਾ ਕਿ ਆਉਣ ਵਾਲੇ ਦਿਨਾਂ ਚ ਕਿੰਨੀ ਕੁ ਮਿਹਨਤ ਕਰਦੇ ਆ ਉਹਨਾਂ ਦੀ ਸਿਹਤ ਕਿੰਨੀ ਕੁ ਉਹਨਾਂ ਨੂੰ ਅਲਾਉ ਕਰਦੀ ਹੈਗੀ ਜਿਹੜਾ ਉਹਨਾਂ ਦਾ ਬੇਟਾ ਹੈਗਾ ਮਤਲਬ ਜਿਹੜਾ ਪਹਿਲਾਂ ਇੱਕ ਵਾਰੀ ਚੋਣ ਵੀ ਲੜ ਰਵਿੰਦਰ ਰਵਿੰਦਰ ਉਹਦੇ ਚ ਮੈਨੂੰ ਇੰਨੀ ਸਮਰੱਥਾ ਨਹੀਂ ਲੱਗਦੀ ਸਿਆਸੀ ਤੌਰ ਤੇ ਕਿ ਉਹ ਬਹੁਤ ਵੱਡੇ ਲੀਡਰ ਦੇ ਤੌਰ ਤੇ ਉਭਰ ਸਕਦੇ ਨੇ ਜੇ ਉਹਨਾਂ ਦੀ ਕੋਈ ਪਛਾਣ ਹੈਗੀ ਹੈ ਇਸ ਵੇਲੇ ਹਰ ਹਿੱਤੇ ਤੱਕ ਉਹ ਸਿਰਫ ਤੇ ਸਿਰਫ ਕੀ ਨੇ ਬਰਮਪੁਰਾ ਸਾਹਿਬ ਬਰਮਪੁਰਾ ਸਾਹਿਬ ਕਰਕੇ ਹੈਗੀ ਜਿਹੜੀ ਪਛਾਣ ਹੈਗੀ ਹੈ ਸੋ ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਮਾਝੇ ਦੀ ਪੋਲਿਟਿਕ ਵਿੱਚ ਇੱਕ ਬਹੁਤ ਵੱਡਾ ਪੰਥਿਕ ਪੋਲਿਟਿਕ ਵਿੱਚ ਬਹੁਤ ਵੱਡਾ ਖਲਾਫ ਪੈਦਾ ਹੋ ਗਿਆ ਹੈਗਾ ਇਸ ਵੇਲੇ ਕੋਈ ਬਹੁਤ ਵੱਡਾ ਉੱਥੇ ਲੀਡਰ ਨਹੀਂ ਹੈਗਾ ਜੇ ਮਜੀਠੀਆ ਸਾਹਿਬ ਦੀ ਪਛਾਣ ਹੈਗੀ ਉਹ ਆਪਣੇ ਆਪ ਚ ਕੋਈ ਉਹਨਾਂ ਦੀ ਪਛਾਣ ਨਹੀਂ ਹੈਗੀ ਉਹਨਾਂ ਦੀ ਵੀ ਇੱਕ ਸ਼੍ਰੋਮਣੀ ਕਾਲੀਦਾਲ ਬਾਦਲ ਦੇ ਲੀਡਰ ਹੋਣ ਕਰਕੇ ਹੀ ਪਛਾਣ ਹੈਗੀ ਉਹਨਾਂ ਨੇ ਆਪਣੀ ਕੋਈ ਹਲੇ ਆਪਣੇ ਉਹਨਾਂ ਦੀ ਇੰਡੀਵਿਜੁਅਲ ਪ੍ਰੇਸ਼ਾਨ ਨਹੀਂ ਹਲੇ ਬਣਨੀ ਸ਼ੁਰੂ ਹੋਈ ਜਿਹੜਾ ਮਿਸਟਰ ਮਾਨ ਨੇ ਗੱਲ ਕੀਤੀ ਆਪਾਂ ਫਿਰ ਉਸੇ ਦੁਬਾਰਾ ਉਸੇ ਲੀਤੇ ਆ ਜੀ ਮਿਸਟਰ ਮਾਨ ਦੀ ਗੱਲ ਦੇ ਇਸ਼ਾਰੇ ਦੇ ਵਿੱਚ ਜਦੋਂ ਇਹ ਪਬਲਿਕ ਪਰਸੈਪਸ਼ਨ ਜਾਂਦੀ ਲੋਕ ਤਾਂ ਸੋਚਦੇ ਆ ਵੀ ਹਾਂ ਹੋ ਸਕਦਾ ਕਰੇ ਫੁੱਟ ਪੈ ਜਾਵੇ ਕਿਉਂਕਿ ਬਿਕਰਮ ਮਜੀਠੀਆ ਜਿਸ ਤਰੀਕੇ ਨਾਲ ਤੜਾ ਤੜਾ ਪ੍ਰੈਸ ਕਾਨਫਰੰਸ ਕਰਦੇ ਪਏ ਆ ਬਾਕੀ ਸਾਰੇ ਲੀਡਰਾਂ ਨਾਲ ਮੁਰੇ ਹੋ ਕੇ ਤੁਸੀਂ ਡਾਕਟਰ ਚੀਮਾ ਦੀ ਪ੍ਰੈਸ ਕਾਨਫਰੰਸ ਹੁੰਦੇ ਹੋ ਜਾਂ ਮਿਸਟਰ ਮਜੀਠੀਆ ਦੀ ਸੁਣਦੇ ਹੋ ਤੇ ਉਦੋਂ ਲੋਕਾਂ ਨੂੰ ਲੱਗਦਾ ਕਿ ਹੋ ਸਕਦਾ ਮਜੀਠੀਆ ਵੱਡੇ ਲੀਡਰ ਵਜੋਂ ਉੱਭਰ ਰਿਹਾ ਤੇ ਹੋ ਸਕਦਾ ਕਿ ਪਰਿਵਾਰ ਦੇ ਵਿੱਚ ਫੁੱਟ ਪੈ ਜਾਵੇ ਮਾਨ ਸਾਹਿਬ ਦੀ ਇਸ ਗੱਲ ਦੀ ਚਰਚਾ ਛੋਟੀ ਨਹੀਂ ਹੈ ਸਰ ਵੱਡੀ ਹੋ ਰਹੀ ਹੈ ਚਰਚਾ ਨਹੀਂ ਚਰਚਾ ਤਾਂ ਹੋ ਰਹੀ ਆ ਪਰ ਮੈਨੂੰ ਉਹਦੇ ਜਿਹੇ ਸਟੇਟਮੈਂਟ ਦੀ ਕੋਈ ਦਾਅ ਨਹੀਂ ਲੱਗਦਾ ਇਹ ਦਾਅ ਇੱਕ ਰਣਨੀਤੀ ਦੇ ਤੌਰ ਤੇ ਦਿੱਤੀ ਗਈ ਸਟੇਟਮੈਂਟ ਹੈਗੀ ਐਸਾ ਨਹੀਂ ਕੋਈ ਸਟੇਟਮੈਂਟ ਤਾਂ ਨਹੀਂ ਨਹੀਂ ਮੇਜਰ ਨਹੀਂ ਹੈਗੀ ਸੋਚੀ ਸਮਝੀ ਸਟੇਟਮੈਂਟ ਹੈ ਇਹ ਬਿਲਕੁਲ ਰਣਨੀਤੀ ਹੈ ਦੇ ਵਿੱਚ ਇਹ ਸਟੇਟਮੈਂਟ ਦੇ ਵਿੱਚ ਇਹ ਲੋਕਾਂ ਦੇ ਮਨਾਂ ਵਿੱਚ ਇੱਕ ਡਾਊਟ ਤੁਸੀਂ ਕ੍ਰੀਏਟ ਕਰਦੇ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਕਿ ਪੂਰੀ ਤਰ੍ਹਾਂ ਪੋਲਿਟਿਕਸ ਦੀਆਂ ਜਿਹੜੀਆਂ ਡਾਈਮੈਂਸ਼ਨਸ ਹੈਗੀਆਂ ਨੇ ਜਿਹਨਾਂ ਦੇ ਤਹਾਂ ਨਹੀਂ ਉਹਦੀਆਂ ਵੱਖਰੀਆਂ ਵੱਖਰੀਆਂ ਤਾਂ ਹੁਣ ਸਮਝਿੰਦੇ ਨਹੀਂ ਹੈਗੇ ਉਹ ਇੱਕ ਸਿੰਪਲ ਪੋਲਿਟਿਕਸ ਦੀ ਜਿਹੜੀ ਪੋਲਿਟਿਕਸ ਨੂੰ ਸਿੰਪਲ ਤਾਇ ਦੇ ਰੂਪ ਦੇ ਵਿੱਚ ਲੈ ਕੇ ਚਲਦੇ ਨੇ ਮਤਲਬ ਉਹਦੀ ਡਾਈਮੈਂਸ਼ਨ ਜਿਹੜੀਆਂ ਅੰਦਰਲੀਆਂ ਪਰਤਾਂ ਨੂੰ ਨਹੀਂ ਸਮਝਦੇ ਇਸ ਕਰਕੇ ਉਹਨਾਂ ਦੇ ਮਨਾਂ ਵਿੱਚ ਜ਼ਰੂਰ ਸ਼ੱਕ ਪੈਦਾ ਹੋਏਗਾ ਇੱਕ ਪਿੰਡਾਂ ਵਿੱਚ ਸੱਥਾਂ ਵਿੱਚ ਜਾ ਕੇ ਇਹ ਪੁਆਇੰਟ ਚਰਚਾ ਦਾ ਵਿਸ਼ਾ ਬਣੇਗਾ ਤਾਂ ਜਿਹੜੀ ਭਗੰਤਮਾਨ ਦੀ ਆਪਣੇ ਉਹਦੀ ਆਪਦੀ ਪਾਰਟੀ ਦੀ ਨੀਤੀ ਮੁਤਾਬਕ ਇਹ ਸਟੇਟਮੈਂਟ ਜਿਹੜੀ ਬੜੀ ਮਹੱਤਵਪੂਰਨ ਹੈ ਉਹਨਾਂ ਨੇ ਇੱਕ ਲੋਕਾਂ ਵਿੱਚ ਸੱਥਾਂ ਵਿੱਚ ਪਿੰਡਾਂ ਦੇ ਜਿਹੜੇ ਐਕਟਿਵ ਲੀਡਰ ਹੈਗੇ ਨੇ ਉਹਨਾਂ ਵਿੱਚ ਇੱਕ ਚਾਚਾ ਛੇੜਤੀ ਹੈ ਤੇ ਉਹਦੇ ਵਿੱਚ ਕਈ ਡਾਊਟ ਕਈ ਤਰ੍ਹਾਂ ਦੇ ਸ਼ੰਕੇ ਖੜੇ ਹੋਣਗੇ ਕਈ ਤਰ੍ਹਾਂ ਦੇ ਡਾਊਟ ਪੈਦਾ ਹੋਣਗੇ ਆ ਜਿਹੜਾ ਪੁਹੰਤਮਾਨ ਤੁਹਾਨੂੰ ਪਤਾ ਕਿ politically ਬਹੁਤ sharp mind ਹੈ। ਉਹ ਪੁਹੰਤਮਾਨ ਇੱਕ ਸਧਾਰਨ politcal ਬੰਦਾ ਨਹੀਂ ਹੈਗਾ। ਉਹਦਾ ਮਾਈਂਡ ਬਹੁਤ sharp ਹੈ। ਉਹਨੂੰ politcal ਵਿਅੰਗਕ ਬਹੁਤ ਕਰਨਾ ਆਉਂਦਾ ਹੈ। ਉਹਨੂੰ politcal ਸਟੇਟਮੈਂਟ ਦੇਣੀ ਬਹੁਤ ਮਤਲਬ ਹੀ ਇਜ਼ ਵੈਰੀ ਕੀਨ ਇਨ ਦ ਕੰਪੀਟੀਸ਼ਨ ਕਹਿੰਦਾ ਹੈ ਬਹੁਤ ਜ਼ਿਆਦਾ ਉਸ ਪੱਖੋਂ ਉਹ ਬਹੁਤ ਤੇਜ਼ ਹੈਗਾ। ਸੋ ਇਸ ਕਰਕੇ ਉਹਨੇ ਬੜੀ ਇਸ ਮੌਕੇ ਮੁਤਾਬਕੀ ਸਟੇਟਮੈਂਟ ਦਿੱਤੀ ਹੈ। ਇਹ ਸਟੇਟਮੈਂਟ ਤੋਂ ਇੱਕ ਮਤਲਬ ਹੋਰ ਵੀ ਨਿਕਲਦਾ। ਜੀ। ਉਹ ਵੀ ਸੰਗਰੂਰ ਲੱਕੇ ਦੇ ਆ। ਉੱਥੋਂ ਐ ਮੈਂਬਰ ਪਾਰਲੀਮੈਂਟਾ ਢੀਂਸਾ ਪਰਿਵਾਰ ਦੇ ਖਿਲਾਫ ਉਹ ਚੋਣਾ ਆਪਸ ਵਿੱਚ ਲੜ ਚੁੱਕੇ ਟੀਨਸਾ ਸਾਹਿਬ ਜਦੋਂ ਇੱਥੇ ਇੰਟਰਵਿਊ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਮਾਨ ਮੇਰਾ ਛੋਟਾ ਭਰਾ ਇਹ ਟੀਨਸਾ ਸਾਹਿਬ ਦੀ ਮਜਬੂਤੀ ਲਈ ਵੀ ਮਾਨ ਸਾਹਿਬ ਦੀ ਸਟੇਟਮੈਂਟ ਮੰਨਿਆ ਜਾ ਸਕਦਾ ਜਾਂ ਨਹੀਂ ਮੰਨਿਆ ਜਾ ਸਕਦਾ ਹੈ ਮੰਨਿਆ ਜਾ ਸਕਦਾ ਹੈ ਪਰ ਮੇਰਾ ਖਿਆਲ ਹੈ ਕਿ ਜਿਹੜੇ ਭਗਵੰਤ ਮਾਨ ਨੇ ਉਹਨੇ ਆਪਣੇ ਨਜ਼ਰੀਏ ਤੋਂ ਇਹ ਸਟੇਟਮੈਂਟ ਦਿੱਤੀ ਹੈਗੀ ਉਹਨੇ ਆਪਣੇ ਢੰਗ ਨਾਲ ਸਟੇਟਮੈਂਟ ਦਿੱਤੀ ਹੈ ਇਹ ਵੀ ਗੱਲ ਤੁਹਾਨੂੰ ਅਖਬਾਰਾਂ 'ਚ ਪੜ੍ਹੀ ਹੋਣੀ ਪਹਿਲਾਂ ਦਿਨਾਂ ਦਾ ਕੁਝ ਦਿਨ ਪਹਿਲਾਂ ਆਈ ਸੀ ਕਿ ਜਿਹੜੇ ਨਵਾਂ ਕਾਲੀਦਾਰ ਬਣਿਆ ਹੈਗਾ ਜਿਹੜਾ ਟੀਨਸਾ ਸਾਹਿਬ ਦਾ ਕਾਲੀਦਾਰ ਹੈ ਤੇ ਆਮ ਆਦਮੀ ਪਾਰਟੀ ਵਿੱਚ ਕਿਸੇ ਨਾ ਕਿਸੇ ਸਟੇ ਤੇ ਜਾ ਕੇ ਇੱਕ ਸਮਝੌਤਾ ਬਿਲਕੁਲ ਉਹਨਾਂ ਨੇ ਇਸ਼ਾਰਾ ਵੀ ਕੀਤਾ 300 ਸਾਲ ਨੇ ਉਹਨਾਂ ਦੇ ਕੰਮਾਂ ਦੀ ਤਾਰੀਫ ਕੀਤੀ ਹੈ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਸਾਹਬ ਨੇ ਕਦੇ ਵੀ ਜਿਆਦਾ ਮਤਲਬ ਉਹ ਹੰਤਮਾਨ ਦੀ ਬਹੁਤ ਜਿਆਦਾ ਵਿਰੋਧਤਾ ਨਹੀਂ ਕੀਤੀ ਹੈਗੀ ਜਿੰਨੀ ਕਿ ਸਿਆਸੀ ਤੌਰ ਤੇ ਜਿਹੜੀ ਜਦੋਂ ਵੀ ਉਹ ਆਪਸ ਵਿੱਚ ਉਸ ਇਲਾਕੇ ਜਿੱ ਕੋ ਲਾਕ ਨੂੰ ਬਲਾਉਂ ਕਰਦਾ ਉਹਨੇ ਕੀ ਵਿਰੋਧਤਾ ਕਰਦਾ ਮਤਲਬ ਥੋੜਾ ਸਵਾਲਤ ਕੀ ਬਤਾ ਦਿਓ ਇਹਦਾ ਮਤਲਬ ਇਹ ਮੰਨਿਆ ਜਾਵੇ ਕਿ ਜੇ ਢੀਂਡਸਾ ਸਾਹਿਬ ਤੇ ਆਮ ਆਦੀ ਪਾਰਟੀ ਦੀ ਨੇੜਤਾ ਹੋ ਸਕਦੀ ਹੈ ਇਹਦਾ ਮਤਲਬ ਇਹ ਵੀ ਹੈ ਜੇ ਢੀਂਡਸਾ ਸਾਹਿਬ ਸੁਖਪਾਲ ਖੈਰਾ ਜਾਂ ਨਰੋਸੋ ਦੇ ਤੋਂ după ਇੱਕ ਵਿੱਚ ਜੇ ਕੋਸ਼ਿਸ਼ ਇਦਾਂ ਦਾ ਫੈਸਲਾ ਕਰਦੇ ਆ ਤਾਂ ਹੋ ਸਕਦਾ ਢੀਂਟ ਪਰਿਵਾਰ ਆ ਜਿਹੜਾ ਉਹ ਇਹਨਾਂ ਦੇ ਵਿਚਾਲੇ ਇੱਕ ਵੱਡੀ ਤਕੜੀ ਦਾ ਕੰਮ ਤਕੜੀ ਦਾ ਰੋਲ ਜਾਂ ਪੋਲ ਦਾ ਰੋਲ ਨਿਭਾ ਸਕਦਾ ਦੇਖੋ ਢੀਂਟ ਸਾਹਿਬ ਦੀ ਜਿਹੜੀ ਕੋਸ਼ਿਸ਼ ਹੋਏਗੀ ਆਉਣ ਵਾਲੇ ਦਿਨਾਂ ਵਿੱਚ ਮੇਰਾ ਸਭ ਤੋਂ ਵੱਡੀ ਕੋਸ਼ਿਸ਼ ਹੋਏਗੀ ਕਿ ਤਿੰਨ ਚਾਰ ਲੀਡਰ ਐਸ ਬڑے ਜਿਹੜੇ ਪੰਜਾਬ ਦੇ ਲੀਡਰ ਹੈ ਜਿਨ੍ਹਾਂ ਤੇ ਲੋਕਾਂ ਦੀ ਖਾਸ ਕਰਕੇ ਜਿਹੜਾ ਜੂਥ ਵਰਗ ਹੈਗਾ ਜਿਹੜਾ ਨੌਜਵਾਨ ਵਰਗ ਹੈ ਉਹਦੀ ਅੱਖ ਹੈ ਮਿਸਟਰ ਕਹਿ ਰਿਹਾ ਪਰ ਉਹਦੇ ਵਿੱਚ ਸਭ ਤੋਂ ਨੰਬਰ ਨੰਬਰ 1 ਜਿਹੜਾ ਉਹ ਤੋਂ ਸਭ ਤੋਂ ਨੰਬਰ 1 ਹੈਗਾ ਉਹ ਨਵਜੋਤ ਸਿੰਘ ਸਿੱਧੂ ਹੈਗਾ ਲੋਕ ਜਿਹੜੇ ਪੰਜਾਬ ਦਾ ਜੂਥ ਆ ਉਹਦੇ ਵੱਲ ਦੇਖ ਰਿਹਾ ਹੈ ਕਿ ਉਹ ਕੀ ਆਪਣਾਉਣ ਵਾਲੇ ਦੇ ਵਿੱਚ ਕੀ ਸਟ੍ਰੈਟਜੀ ਬਣਾਉਂਦਾ ਕਿਸ ਤਰ੍ਹਾਂ ਬਾਹਰ ਨਿਕਲਦਾ ਹੈ ਹੁਣ ਤਾਂ ਉਹ ਤੁਹਾਨੂੰ ਪਤਾ ਹੈ ਕਿ ਉਹ ਬਿਲਕੁਲ ਇਕਾਂਤ ਵਾਸ ਵਿੱਚ ਕਿ ਤਰ੍ਹਾਂ ਦਾ ਚੱਲੇ ਗਏ ਨੇ ਬਹੁਤਾ ਕਿਸੇ ਵੀ ਈਸ਼ੂ ਤੇ ਬੋਲਦੇ ਨਹੀਂ ਉਹਨਾਂ ਨੇ ਜਿਹੜਾ ਚੈਨਲ ਸ਼ੁਰੂ ਕੀਤਾ ਸੀ ਉਹਦੇ ਵੀ ਬਹੁਤ ਅੱਜਕੱਲ ਕਮੈਂਟ ਨਹੀਂ ਕਰਦੇ ਹੈਗੇ ਉਹਦੇ ਵੱਲ ਲੋਕ ਬਹੁਤ ਸਾਰੇ ਦੇਖ ਰਹੇ ਨੇ ਟੀਨਸਾ ਸਾਹਿਬ ਵੀ ਤੇ ਦੂਜੇ ਜਿਹੜੇ ਪੰਜਾਬ ਦੇ ਲੀਡਰ ਹੈਗੇ ਜਿਹੜੇ ਕਿ ਹਲੇ ਸ਼ਹਿ ਬੈਠੇ ਨੇ ਚੁੱਪਚਾਪ ਬੈਠੇ ਨੇ ਉਹ ਵੀ ਚਾਹੁੰਦੇ ਨੇ ਕਿ ਸਿੱਧੂ ਅਣਸਾਬ ਆਉਣ ਵਾਲੇ ਦਿਨ ਅੱਜ ਕੀ ਸਟੈਂਡ ਲੈਂਦੇ ਨੇ ਜਾਂ ਕਿੱਧਰ ਜਾਂਦੇ ਨੇ ਕਿ ਉਹ ਕਾਂਗਰਸ ਨਾਲ ਰਹਿੰਦੇ ਨੇ ਜਾਂ ਫਿਰ ਕੋਈ ਇੱਕ ਵੱਖਰੀ ਰੀਜਨਲ ਪਾਰਟੀ ਜਿਹੜੀ ਹੈਗੀ ਆ ਉਹਨੂੰ ਬਣਾਉਣ ਲਈ ਕੋਈ ਸਟੈਪ ਚੱਕਦੇ ਨੇ ਦੂਜੇ ਹੈਗੇ ਪ੍ਰਗਟ ਸਿੰਘ ਪ੍ਰਗਟ ਸਿੰਘ ਦਾ ਵੀ ਪੰਜਾਬ ਦੇ ਵਿੱਚ ਕਾਫੀ ਵੱਡਾ ਨਾਮ ਹੈਗਾ ਉਹਦਾ ਰੈਪਿਊਟੇਸ਼ਨ ਬਹੁਤ ਅੱਛਾ ਹੈ ਉੰਦਾ ਜਿਹੜਾ ਜਿਹਨੂੰ ਕਹਿ ਸਕਦੇ ਆ ਕਿ ਆਪਾਂ ਇਮੇਜ ਨੂੰ ਕਹਿੰਦੇ ਆ ਨਾਲੇ ਦੁਆਬੇ ਵਿੱਚ ਥਾਂ ਵੀ ਖਾਲੀ ਪਈ ਹੈ ਬਹੁਤ ਹਾਂ ਦੁਆਬਾ ਬਿਲਕੁਲ ਖਾਲੀ ਪਿਆ ਦੁਆਬੇ ਵਿੱਚ ਹੈ ਇਸ ਵੇਲੇ ਬਹੁਤ ਵੱਡਾ ਪੋਲਿਟਿਕਲ ਵੈਕਿਊਮ ਹੈਗਾ ਤੇ ਆਉਣ ਵਾਲੇ ਦਿਨਾਂ ਵਿੱਚ ਇੱਕ ਉਹ ਤੇ ਵੀ ਨਜ਼ਰ ਆ ਰਹੀ ਹੈ ਤੀਜੇ ਦੁਆਬੇ ਵਿੱਚ ਖੈਰਾ ਸਾਹਿਬ ਨੇ ਉਹ ਐਕਟਿਵ ਹੀ ਰਹਿੰਦੇ ਨੇ ਹਮੇਸ਼ਾ ਉਹ ਮਤਲਬ ਕਦੇ ਉਹ ਨਹੀਂ ਗਏ ਕਾਂਦ ਵਾਸਤੇ ਉਹਨਾਂ ਤੇ ਵੀ ਲੋਕਾਂ ਦੀ ਮਾੜੀ ਵਾੜੀ ਬਾਕੀ ਰਿਟਾਇਰਮੈਂਟ ਲੈਣ ਤਾਂ ਾਲੀ ਵਾਸਤੇ ਚੌਥੀ ਗੱਲ ਹੈਗੀ ਨਹੀਂ ਉਹ ਰਿਟਾਇਰਮੈਂਟ ਦੀ ਗੱਲ ਨਹੀਂ ਪੰਜਾਬ ਦੀ ਪੋਲਿਟਿਕਸ ਦਾ ਮੂਡ ਬਦਲ ਰਿਹਾ ਹੈ ਮੂਡ ਬਦਲ ਰਿਹਾ ਹੈ ਮੂਡ ਬਦਲ ਰਿਹਾ ਹੈ ਯੂਥ ਓਰੀਐਂਟਡ ਪੋਲਿਟਿਕਸ ਯੂਥ ਓਰੀਐਂਟਡ ਪੋਲਿਟਿਕਸ ਆ ਰਹੀ ਹੈ ਅੱਜ ਤੋਂ ਜਦੋਂ 30 ਸਾਲ ਪਹਿਲਾਂ ਮੈਂ ਦੇਖਿਆ ਸੀ ਕਿ youth ਦਾ ਕੋਈ ਸਰੋਕਾਰ ਨਹੀਂ ਸੀ ਹੁੰਦਾ ਸਿਆਸਤ ਨਾਲ ਬਹੁਤ ਘੱਟ ਹੁੰਦਾ ਸੀ ਹਾਂ ਬਹੁਤ ਘੱਟ ਔਰ ਦਿਲਚਸਪੀ ਲੈਂਦੇ ਸੀ ਦੇਖੋ ਕਾਂਗਰਸ ਪਾਰਟੀ ਲਾਰਦੀ ਸੋਦੀ ਬਜ਼ੁਰਗ ਨੇਤਾ ਹੁੰਦੇ ਸਾਰੇ ਕਾਲੀਦਾ ਲੜਦਾ ਸੀ ਉਹਦੇ ਸਾਰੇ ਬਜ਼ੁਰਗ ਨੇਤਾ ਹੁੰਦੇ ਸੀ ਸੀਨੀਅਰ ਲੀਡਰ ਹੁੰਦੇ ਸੀ ਸਾਡੇ ਕੋਈ ਕੋਈ ਨਾ ਕੋਈ ਯੰਗ ਲੀਡਰ ਨਹੀਂ ਪਹਿਲਾਂ ਤਾਂ ਯੰਗ ਲੀਡਰਾਂ ਨੂੰ ਟਿਕਟ ਨਹੀਂ ਸੀ ਮਿਲਦੀਆਂ ਇਹ ਤਾਂ ਹੁਣ ਨੇ ਬੈਂਸਬ ਦੇ ਥੋੜੀ ਇੱਕ ਪਾਕਟ ਹੈਗੀ ਜਿਹੜੀ ਕੋ ਉਹ ਦੇਚ ਕਨਫਾਈਨਡ ਹੈਗੇ ਨੇ ਚਲੋ ਉਹਨਾਂ ਦਾ ਵੀ ਨਾਂ ਇੱਕ ਹੈਗਾ ਮਤਲਬ ਚਲੋ ਠੀਕ ਹੈ ਮੈਂ ਇੱਕ ਛੋੜਾ ਬ੍ਰੇਕ ਲੈਣਾ ਬ੍ਰੇਕ ਤੋਂ ਵਾਪਸ ਆਵਾਂਗੇ ਅਸੀਂ ਇਸ ਮੁੱਦੇ ਤੇ ਵਿਸਤਾਰਤ ਚਰਚਾ ਕਰ ਰਹੇ ਹਾਂ ਅਸਲ ਵਿੱਚ ਜੇ ਤੁਸੀਂ ਪੋਲਿਟਿਕਸ ਨੂੰ ਨਵੀਂ ਸਮਝਦੇ ਜਾਂ ਪੋਲਿਟਿਕਸ ਬਾਰੇ ਜਾਨਣਾ ਚਾਹੁੰਦੇ ਹੋ ਤੇ ਤੁਹਾਨੂੰ ਇਹ ਚਰਚਾ ਜਰੂਰ ਸੁਣਨੀ ਚਾਹੀਦੀ ਹੈ ਤਾਲੀਵਾਲ ਸਾਹਿਬ ਉਹਨਾਂ ਪੱਤਰਕਾਰਾਂ ਵਿੱਚੋਂ ਹੈ ਜਿਹੜੇ ਪੋਲਿਟਿਕਸ ਡੀਪੀਐਚਡੀ ਨੂੰ ਚੰਗੀ ਤਰ੍ਹਾਂ ਸਮਝਦੇ ਆ ਤੇ ਇਹਨਾਂ ਨੂੰ ਵੀ ਪਤਾ ਕਿ ਪਰਵਾਰ ਵਿੱਚੋਂ ਨਿਕਲ ਕੇ ਪੋਲਿਟਿਕਸ ਐ ਜਿਹੜੀ ਇਦਨੇ ਵੀ ਦਿਸ਼ਾ ਲੈ ਸਕਦੀ ਹੈ ਜੇ ਲੈ ਸਕਦੀ ਹੈ ਕਿਵੇਂ ਲੈ ਸਕਦੀ ਹੈ ਮੈਨੂੰ ਚੰਗਾ ਲੱਗਿਆ ਕਿ ਉਹਨਾਂ ਨੇ ਯੂਥ ਬਾਰੇ ਜ਼ਿਕਰ ਕੀਤਾ ਯੂਥ ਲੀਡਰ ਪੰਜਾਬ ਦੇ ਵਿੱਚੋਂ ਆਊਟ ਹੁੰਦੇ ਜਾ ਰਹੇ ਆ ਪਰ ਹੁਣ ਜੇ ਯੂਥ ਲੀਡਰ ਜਾਂ ਯੂਥ ਹੈ ਜਿਹੜਾ ਲੀਡਰਾਂ ਵੱਲ ਦੇਖ ਰਿਹਾ ਤੇ ਇਹਦਾ ਮਤਲਬ ਪੰਜਾਬ ਦੀ ਪੋਲਿਟਿਕਸ ਵਿੱਚ ਬਦਲਾਅ ਹੋ ਸਕਦਾ ਹੈ ਅਸੀਂ ਐਸੇ ਆਸਤ ਨਾਲ ਹੀ ਚਰਚਾ ਕਰ ਰਹੇ ਆ ਬ੍ਰਿਕ ਤੋਂ ਵਾਪਸ ਆ ਰਹੇ ਆ ਇੱਕ ਰਵੇ ਤੁਹਾਡਾ ਸਵਾਗਤ ਆ ਢੀਂਡਸਾ ਦੀ ਪ੍ਰਧਾਨਗੀ ਪਿੱਛੇ ਕੋਣ ਆ ਅਸੀਂ ਸਾਰੇ ਵਿਸ਼ਿਆਂ ਤੇ ਚਰਚਾ ਕਰ ਰਹੇ ਹਾਂ ਪੰਜਾਬ ਦੀ ਪੋਲਿਟਿਕਸ ਵਿੱਚ 2022 ਦੇ ਲਈ ਕਿਹੜੀ ਜ਼ਮੀਨ ਤਿਆਰ ਹੋ ਰਹੀ ਹੈ ਤਾਰੀਵਲ ਸਾਹਿਬ ਸਾਡੇ ਨਾਲ ਮੌਜੂਦ ਹੈਗੇ ਤਾਰੀਵਲ ਸਾਹਿਬ ਸ਼ਰਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਸਾਰੀ ਲੜਾਈ ਇਸੇ ਲਈ ਹੈ ਇੱਥੋਂ ਹੀ ਰਸਤਾ ਤਿਆਰ ਹੁੰਦਾ ਅਕਾਲੀ ਦਲ ਦੀ ਸਿਆਸਤ ਦਾ ਮੇਰਾ ਸਵਾਲ ਇਹ ਹੈਗਾ ਤਾਰੀਵਲ ਸਾਹਿਬ 100 ਸਾਲ ਦਾ ਹੋ ਚੁਲਿਆ ਹੈ ਅਕਾਲੀ ਦਲ ਤੇ ਅੱਜ ਅਕਾਲੀ ਦਲ ਆਪਣੀ ਹੋਣ ਦੀ ਲੜਾਈ ਦੇ ਲਈ ਲੜਦਾ ਪਿਆ ਤੇ ਅਸਲੀ ਕਿਹੜਾ ਅਕਾਲੀ ਦਲ ਟਕਸਾਲੀ ਕਿਹੜੇ ਆ ਜਾਲੀ ਕਿਹੜਾ ਅਸਲੀ ਅਕਾਲੀ ਕਿਹੜਾ ਸਾਰੇ ਲੜਾਈ ਇੱਥੇ ਆ ਕੇ ਪਹੁੰਚ ਗਈ ਹੈ ਜਦ ਕਿ 100 ਸਾਲ ਦਾ ਮਾਨਮਤਾ ਇਤਿਹਾਸ ਹੈ ਉਹਨੂੰ ਤਾਂ ਪਰਵਾਸੀ ਦੀ ਹੋਰ ਤਰੀਕੇ ਨਾਲ ਕਰਨਾ ਚਾਹੀਦਾ ਸੀ ਦੇਖੋ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਅਕਾਲੀ ਦਲ ਵਿੱਚ ਐਸੇ ਦੀ ਟੁੱਟ ਭੱਜ ਹੋਈ ਹੈ ਪਿਛਲੇ ਜੇ ਆਪਾਂ 40 45 ਸਾਲ ਦਾ حساب ਲਾਈਏ ਤਾ ਉਹਦੇ ਚ ਅਕਾਲੀ ਦਲ ਚ ਟੁੱਟ ਪਜ ਪਹਿਲਾਂ ਵੀ ਬਹੁਤ ਵਾਰੀ ਬਿਲਕੁਲ ਠੀਕ ਤੁਸੀਂ ਬਰਨਾਲਾ ਸਾਡਾ ਦੌਰ ਵੀ ਯਾਦ ਕਰਾਓ ਛੋੜਾ ਸਾਡਾ ਦੌਰ ਵੀ ਯਾਦ ਕਰਾਓ ਛੋੜਾ ਸਾਡਾ ਦੌਰ ਲਾ ਲੋ ਜਾਂ ਸ਼ਿਮਰੀ ਸਿੰਘ ਮਾਨ ਦੀ ਵੱਖਰੀ ਪਾਰਟੀ ਲਾ ਲੋ ਜੁਨਾਈਟਿਡ ਅਕਾਲੀ ਦਲ ਲਾ ਲੋ ਬੜੀਆਂ ਪਾਰਟੀਆਂ ਰਵਿੰਦਰ ਰੌਂਦਾ ਲਾ ਲੋ ਰਵਿੰਦਰ ਹੋਰਾਂ ਦਾ ਅਕਾਲੀ ਦਲ 1920 ਲਾ ਲੋ ਹਨਾ ਤਾਂ ਬਹੁਤ ਸਾਰੀਆਂ ਪਾਰਟੀਆਂ ਪੰਜਾਬ ਚ ਪਹਿਲਾਂ ਵੀ ਇਸ ਤਰ੍ਹਾਂ ਬਣੀਆਂ ਨੇ ਪਰ ਗੱਲ ਦੇਖਣ ਵਾਲੀ ਵੀ ਹੈ ਇਸ ਕਲੇ ਜਿਹੜੀ ਮੇਨ ਅਕਾਲੀ ਪਾਰਟੀ ਹੈ ਜਿਹੜੀ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਦੇ ਪ੍ਰਧਾਨ ਰਹੇ ਨੇ ਹੁਣ ਸੁਖਵੀਰ ਸਿੰਘ ਬਾਦਲ ਜਿੰਦੇ ਪ੍ਰਧਾਨ ਨੇ ਉਹ ਕਦੇ ਇੰਨੀ ਕਮਜ਼ੋਰ ਨਹੀਂ ਹੋਈ ਸੀ ਪਹਿਲਾਂ ਇਹ ਪਹਿਲੀ ਵਾਰੀ ਹੋਇਆ ਹੈ ਕਿ ਪਿਛਲੇ 4-5 ਸਾਲਾਂ ਦੇ ਕਮਜ਼ੋਰ ਅਸੀਂ ਸਿਰਫ ਨਤੀਜਿਆਂ ਦੇ ਹਿਸਾਬ ਨਾਲ ਦੇਖ ਰਹੇ ਨਹੀਂ ਵੈਸੀ ਪਬਲਿਕ ਪਰਸਪੈਕਸ਼ਨ ਵੀ ਕਮਜ਼ੋਰ ਹੋਈ ਹੈ ਅੱਛਾ ਨਤੀਜੇ ਤਾਂ ਹੀ ਆਏ ਨਾ ਜਿਹਨਾਂ ਤੇਜ਼ ਵੀ ਕਾਂਡ ਤੋਂ ਬਾਅਦ ਹਾਂ ਪਹਿਲਾਂ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਇੰਨਾ ਕਮਜ਼ੋਰ ਨਹੀਂ ਹੋਇਆ ਹਾਲਾਂਕਿ ਉਹਨੂੰ ਪੋਲਿਟਿਕਲ ਹਾਰਾਂ ਹੁੰਦੀਆਂ ਆਈਆਂ ਰਾਜਸੀ ਹਾਰਾਂ ਹੁੰਦੀਆਂ ਆਈਆਂ ਨਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਰਾਜਨੀਤਿਕ ਤੌਰ ਤੇ ਉਹਨੂੰ ਵੱਡੀਆਂ ਮਤਲਬ ਇਸ ਤੋਂ ਨਹੀਂ ਰਿਫੀਟ ਹੋਣ ਜਾਂ ਉਹਨਾਂ ਦਾ ਪਰ ਉਹ ਹਜੇ ਦੀ ਕਰਾ ਦੇ ਪਰ ਪਹਿਲਾਂ ਇੰਨਾ ਕਦੇ ਕਮਜ਼ੋਰ ਨਹੀਂ ਹੋਇਆ ਬਤਾਲੂਬ ਸਾਬ ਤੁਸੀਂ ਠੀਕ ਜਿਹੜੀ ਪਬਲਿਕ ਪ੍ਰੋਸੈਸ ਨੂੰ ਦਾ ਵੀ ਜ਼ਿਕਰ ਕਰ ਲਿਆ ਸਵਾਲ ਹੈਗਾ ਕਾਲੀਦਾਲ ਲਾਭਦੇ ਉਹਨੂੰ ਪ੍ਰਭਾਵਸ਼ਿਤ ਕਰਦਾ ਕਿ ਸਾਡਾ ਵੋਟ ਸ਼ੇਅਰ ਤਾਂ ਉੱਥੇ ਪਿਆ ਨਹੀਂ ਝੂਠ ਹੈ ਜੋ ਵੋਟ ਝੂਠ ਹਮੇਸ਼ਾ ਕਾਲੀਦਾਲ ਦਾ ਇੱਕ ਬੋਰਡ ਬੈਂਕ ਟ੍ਰਾਂਸਫਰ ਹੁੰਦਾ ਸੀਗਾ ਬਜ਼ੁਰਗ ਘਰਾਂ ਵਿੱਚ ਕਿੰਨੇ ਕਾਲੀਦਾਲ ਦੇ ਸਮਰਥਕ ਹੁੰਦੇ ਸੀਗੇ ਉਹਦੇ ਨਾਲ ਉਹ ਸਾਰਾ ਪਰਿਵਾਰ ਨਾਲ ਚੱਲਦਾ ਸੀਗਾ ਇਸ ਵੇਲੇ ਕਾਲੀਦਾਲ ਨੂੰ ਕੀ ਮਾਰ ਪੈ ਰਹੀ ਹੈ ਕਿਹੜੇ ਬਜ਼ੁਰਗ ਨੇ ਉਹ ਹਲੇ ਵੀ ਕਾਲੀ ਦਾਲ ਦੇ ਨਾਲ ਤਕਰੀਰ ਦੇ ਰਿਹਾ ਹੈਗੇ ਨੇ ਜੂਥ ਬਾਗੀ ਹੋ ਗਿਆ ਜਿਹੜੀ ਆਉਣ ਵਾਲੀ ਜੇ ਪੀੜ੍ਹੀ ਬਾਗੀ ਹੋ ਗਈ ਤਾਂ ਪਾਰਟੀ ਦਾ ਜਿਹੜਾ ਇੱਕ ਸੁਰੱਖਿਅਤ ਪਿਛ ਸੀਗਾ ਉਹਨੂੰ ਖਤਰਾ ਹੋ ਗਿਆ ਮਤਲਬ ਤੁਹਾਡੀ ਇਨਟੈਕ ਜਿੱਥੋਂ ਆਉਣੀ ਸੀਗੀ ਜੋ ਤੁਹਾਤੋਂ ਜਿਹੜਾ ਤੁਹਾਡਾ ਸਪੋਰਟ ਬੇਸ ਆ ਨਵਾਂ ਖੜਾ ਹੋਣਾ ਸੀ ਉਹਦੇ ਬੜਾ ਬਹੁਤ ਬੜੀ ਟਾ ਲੱਗਿਆ ਉਹ ਆਮ ਆਦੀ ਪਾਰਟੀ ਵਾਲ ਚੱਲੇ ਗਏ ਕਾਲੀ ਬਸ ਉਹ ਤਾਂ ਬਹੁਤ ਵੱਡਾ ਸਵਾਲ ਖੜਾ ਕਰਤਾ ਜੀ ਇਹ ਆਪਦੇ ਆਪ ਨੂੰ ਯੂਥ ਦੇ ਆਈਕਨ ਮੰਨਦੇ ਆ ਸੁਖਵੀਰ ਸਿੰਘ ਬਾਦਲ ਵਿਕਰਮਜੀਤਿਆ ਜਾਂ ਹਰ ਸਿੰਘ ਕੋ ਬਾਦਲ ਇਹਦਾ ਮਤਲਬ ਯੂਥ ਨੂੰ ਨਾ ਤੇ ਭਰੋਸਾ ਨਹੀਂ ਨੇ ਜੂਥ ਨੂੰ ਨਾਲ ਨਹੀਂ ਲਾ ਸਕੇ ਨਾ ਉਹ ਹਾਂ ਜੂਥ ਨੂੰ ਜਿਸ ਢੰਗ ਨਾਲ ਉਹ ਨਾਲ ਲਾਉਣਾ ਚਾਹੀਦਾ ਸੀਗਾ ਉਸ ਢੰਗ ਨਾਲ ਉਹ ਨਾਲ ਨਹੀਂ ਲਾਗੇ ਹਲੇ ਤੱਕ ਵੀ ਜੂਥ ਵੱਲੋਂ ਦਾ ਕੋਈ ਫੋਕਸ ਹੀ ਨਹੀਂ ਜਿਹੜੇ ਪੰਜ ਚਾਰ ਪੁਰਾਣੇ ਲੀਡਰਸ਼ਿਪ ਪੰਜ ਸੱਤ ਪੁਰਾਣੇ ਲੀਡਰ ਸੀਗੇ ਉਹ ਹੀ ਨਾਲ ਹੈਗੇ ਨੇ ਕੁਝ ਲੀਡਰ ਚ ਲੱਗੇ ਸੀਗੇ ਫਿਰ ਕੋਰੋਨਾ ਨੇ ਇੱਕ ਸਟੂਡੈਂਟ ਆਰਗੇਨਾਈਜੇਸ਼ਨ ਬਣਾਈ ਸੀਗੀ ਕੀ ਇਹ ਸੋਹੀ ਬਣਾਈ ਸੀ ਸੋਹੀ ਬਣਾਈ ਸੀਗੀ ਉਸ ਤੋਂ ਬਾਅਦ ਜੂਥ ਵਿੰਗ ਵੀ ਖੜਾ ਕੀਤਾ ਸੀ ਉਹ ਜਦੋਂ ਚੋਣਾਂ ਦਾ ਚੋਣ ਤੋਂ ਬਾਅਦ ਜਦੋਂ ਹਾਰ ਹੋ ਗਈ ਉਸ ਤੋਂ ਬਾਅਦ ਕੋਈ ਕੰਮ ਹੀ ਨਹੀਂ ਕੀਤਾ ਤੁਸੀਂ ਦੇਖਾ ਉਹ ਦਵਾਦੋਲੀ ਕੋਈ ਐਕਟੀਵਿਟੀ ਦੇਖੀ ਤੁਸੀਂ ਪੰਜਾਬ ਚ ਕੋਈ ਐਕਟੀਵਿਟੀ ਨਹੀਂ ਹੈਗੀ ਉਸ ਗਰੁੱਪ ਦੀ ਜਿਹੜੀ ਸੋਈ ਦੀ ਸੀਗੀ ਜਾਂ ਹੋਰ ਜਿਹੜੇ ਗਰੁੱਪ ਨੇ ਨੇ ਖੜੇ ਕੀਤੇ ਸੀਗੇ ਸੋ ਇਸ ਕਰਕੇ ਇਹਨਾਂ ਨੇ ਜਦੋਂ ਜਦੋਂ ਇਹਨਾਂ ਦੀ ਹਾਰ ਹੋ ਗਈ ਬਹੁਤ ਵੱਡੀ ਇਹ ਕੈਨਾ ਪਾਰਟੀ ਕਿਤਨਾ ਡਿਮੋਟਲਾਈਜ਼ ਹੋ ਗਈ ਜਾਂ ਪਾਰਟੀ ਦਾ ਜਿਹੜਾ ਕੈਡਰ ਸੀ ਉਹ ਇਹਨਾਂ ਡਿਮੋਟਲਾਈਜ਼ ਹੋ ਗਿਆ ਉਹਨੂੰ ਲੱਗਿਆ ਕਿ ਯਾਰ ਅਸੀਂ ਤਾਂ ਬਿਲਕੁਲ ਹੀ ਕੋਦਾਂ ਤੀਜੀ ਤਰ ਬਣ ਗਏ ਆ ਪੰਜਾਬ ਵਿੱਚ ਉਸ ਤੋਂ ਬਾਅਦ ਕੋਈ ਯਤਨ ਨਹੀਂ ਹੋਇਆ ਹੁਣ ਯਤਨ ਕਰ ਰਿਹਾ ਪਾਰਟੀ ਆ ਪਿਛਲੇ ਦਿਨਾਂ ਚ ਤੋਂ ਦੇਖਿਆ ਹੋਣਾ ਪਿਛਲੇ 20 ਦਿਨਾਂ ਜਾਂ 25 ਦਿਨਾਂ ਮਹੀਨੇ ਇੱਕ ਮਹੀਨੇ ਦੇਖਿਆ ਹੋਣਾ ਕਿ ਤਕਰੀਬਨ ਤਕਰੀਬਨ ਹਰ ਰੋਜ਼ ਪਾਰਟੀ ਇੱਕ ਪ੍ਰੈਸ ਪ੍ਰੈਸ ਕਾਨਫਰੰਸ ਕਰ ਰਹੀ ਹੈ ਉਹ ਕਿਉਂ ਕਰ ਰਹੀ ਹੈ ਕਿ ਉਹ ਆਪਣੇ ਆਪ ਨੂੰ ਰਿਵਾਈਵ ਕਰਨ ਦੀ ਮੁੱਦੇ ਉਠਾ ਰਹੀ ਹੈ ਮੁੱਦੇ ਬਣਾ ਰਹੀ ਹੈ ਮੁੱਦੇ ਇਸ਼ੂ ਚੱਕ ਰਹੀ ਹੈ ਤੇ ਉਹ ਇਸ਼ੂ ਬਣਾ ਤਾਂ ਚੱਕ ਰਹੀ ਹੈ ਕਿ ਅਸੀਂ ਦੁਬਾਰਾ ਇੱਕ ਆ ਪਾਰਟੀ ਨੂੰ ਰਿਵਾਈਵ ਕਰਕੇ ਪਾਰਟੀ ਦੇ ਕੇਡਰ ਵੀ ਜਾਣ ਪਾਈਏ ਪਾਰਟੀ ਨੂੰ ਮਦਰ ਖੜਾ ਕਰਨ ਦੀ ਦੁਆਰੇ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਬਿਕਰਮਜੀਠਿਆ ਪਰੇਸ ਕਾਨਫਰੰਸ ਕਰਦੇ ਨੇ ਕਦੇ ਆਪਣਾ ਦਿਲਜੀਸੀ ਚੀਮਾ ਕਰਦੇ ਨੇ ਕਦੇ ਕੀਨਦੇ ਆਪਣਾ ਕਦੇ-ਕਦੇ ਸੁਖਵੀਰ ਬਾਦਲ ਵੀ ਕਰ ਲੈਂਦੇ ਨੇ ਆਕੇ ਸੋ ਇਸ ਕਰਕੇ ਪਾਰਟੀ ਹੁਣ ਦੁਬਾਰਾ ਇੱਕ ਇਸ ਯਤਨ ਚ ਲੱਗੀ ਹੋਈ ਹੈ ਕਿ ਪਾਰਟੀ ਨੂੰ ਰਿਵਾਈਵ ਕੀਤਾ ਹੈ ਲੀਡਰਸ਼ਿਪ ਇਸ ਕਾਰਜ ਯਤਨ ਚ ਲੱਗੀ ਹੋਈ ਹੈ ਉਹਨਾਂ ਨੇ ਕਿਸਾਨਾਂ ਵਾਲੇ ਮੁੱਦੇ ਤੇ ਵੀ ਗੱਲਬਾਤ ਕਰਨੀ ਸ਼ੁਰੂ ਕੀਤੀ ਹੈ ਚਾਹੇ ਆਰਡੀਨੈਂਸ ਤੇ ਵਿਰੋਧ ਨਹੀਂ ਕਰ پا ਰਹੇ ਉਹ ਪਰ ਪੈਟਰੋਲ ਡੀਜ਼ਲ ਤੇ ਵਿਰੋਧ ਕਰਤਾ ਉਹਨਾਂ ਨੇ ਤੇ ਬੀ ਬੀ ਸੋਧ ਬੀ ਸੋਧ ਬਿਲ ਤੇ ਚਿੱਠੀ ਵਾਲਾ ਜਿਹੜਾ ਜਿਹੜਾ ਕਿ ਵਿਰੋਧੀ ਕਹ ਰਿਹਾ ਬਖਵਾਵਾ ਕਰਦੇ ਪਿਆ ਮੈਨੂੰ ਇਹ ਲੱਗ ਰਿਹਾ ਹੈ ਕਿ 20 ਤਰੀਕ ਤੋਂ ਬਾਅਦ ਕਾਲੀਦਾਲ ਦਾ ਏਟੀਟਿਊਡ ਖਾਸ ਕਰਕੇ ਜਿਹੜਾ ਖੇਤੀਬਾੜੀ ਵਾਲਾ ਮੁੱਦਾ ਹੈਗਾ ਉਹ ਤੇ ਉਹ ਤੇ ਵੀ ਚੇਂਜ ਹੋਏਗਾ ਯਾਨੀ ਕਿ ਪੁਰਾਣੇ ਮੁੱਦੇ ਤੇ ਵਾਪਸ ਹੋਣਾ ਪੈਗਾ ਕਾਲੀਦਾਲ ਕਾਲੀਦਾਲ ਫੋਰਡ ਨਹੀਂ ਕਰ ਸਕਦਾ ਕਿ ਪੰਜਾਬ ਦੀ ਕਿਸਾਨੀ ਕੁਝ ਹੋਰ ਸੋਚ ਰਹੀ ਵੀ ਉਸ ਆਰਡੀਨੈਂਸ ਬਾਰੇ ਕਿ ਕਾਲੀਦਾਲ ਉਹਦੇ ਬਾਰੇ ਕੁਝ ਹੋਰ ਸੋਚ ਰਿਹਾ ਹੋਵੇ ਜਿਹੜੀ ਪੰਜਾਬ ਦੀ ਕਿਸਾਨੀ ਸੋਚ ਰਹੀ ਹੈ ਕਿ ਇਹ ਆਰਡੀਨੈਂਸ ਸਾਡੇ ਖਿਲਾਫ ਇਹ ਕਿਸੇ ਨਾ ਕਿਸੇ ਸਟੇਟ ਜਾ ਕੇ ਮੰਡੀ ਦਾ ਜਿਹੜਾ ਮੰਡੀ ਸਿਸਟਮ ਹੈ ਜਿਹੜਾ ਸਾਡਾ ਅਗਿਸਟਿੰਗ ਮੰਡੀ ਸਿਸਟਮ ਹੈ ਸਰਕਾਰੀ ਮੰਡੀ ਕਰਨਾ ਕਣਕ ਦਾ ਤੇ ਵੀ ਕੀਨ ਦੇ ਆਪਣਾ ਪੈਡੀ ਦਾ ਜਾਂ ਹੋਰ ਫਸਲਾਂ ਦਾ ਉਹਨੂੰ ਤੋੜਨ ਵਾਸਤੇ ਇੱਕ ਯਤਨ ਹੈਗਾ ਸਰ ਅਕਾਲੀ ਦਲ ਇੰਨੀ ਪੁਰਾਣੀ ਪਾਰਟੀ ਹੈ ਅਕਾਲੀ ਦਲ ਦਾ ਇਤਿਹਾਸ ਹੀ ਕਹਿੰਦਾ ਹੈ ਕਿ ਉਹ ਇਹਨਾਂ ਮੁੱਦਿਆਂ ਤੇ ਲੜਦੀ ਰਹੀ ਹੈ ਮੋਰਚੀ ਵੀ ਉਹਨਾਂ ਨੇ ਬੜੇ ਲਾਏ ਆ ਸਰਦਾਰਾ ਸਿੰਘ ਝੋਲ ਦੀ ਸਟੇਟਮੈਂਟ ਨੂੰ ਅਕਾਲੀ ਦਲ ਪ੍ਰਭਾਸ਼ਿਤ ਇਸ ਤਰੀਕੇ ਨਾਲ ਕਰਦਾ ਪਿਆ ਕਿ ਝੋਲ ਸਾਹਿਬ ਜੋ ਕਹਿ ਰਿਹਾ ਹੈ ਤੇ ਸਿਆਸਤ ਕੁਝ ਹੋਰ ਕਹਿ ਰਹੀ ਹੈ ਉਹ ਜੋਲ ਸਾਹਿਬ ਦੀ ਸਟੇਟਮੈਂਟ ਦੇ ਨਾਲ ਤੁਰ ਕੇ ਆਦੇ ਆਪ ਨੂੰ ਇਹ ਸਾਬਤ ਕਰਨਾ ਚਾਹ ਰਿਹਾ ਕਿ ਸਾਨੂੰ ਮੁੱਦੇ ਦੀ ਸਮਝ ਨਹੀਂ ਚਹੀ ਜੋ ਜੋਲ ਸਾਹਿਬ ਕਹਿ ਰਿਹਾ ਅਸੀਂ ਉਹਨਾਂ ਨਾਲ ਤੁਰਾਂਗੇ ਦੇਖੋ ਜੋਲ ਸਾਹਿਬ ਦੀ ਇੱਕ ਆਪਣੀ رائے ਹੈਗੀ ਠੀਕ ਹੈ ਬਿਲਕੁਲ ਉਹ ਬੜੇ ਕਾਮੀਨੈਂਟ ਹੈਗੇ ਐਗਰੀਕਲਚਰਿਸਟ ਸਾਇੰਟਿਸਟ ਹੈਗੇ ਨਹੀਂ ਜਾਂ ਹੈਗੇ ਮਾਹਰ ਨੇ ਉਹ ਬਹੁਤ ਵੱਡੇ ਉਹਨਾਂ ਦੀ ਰਿਸਪੈਕਟ ਵੀ ਪੰਜਾਬ ਵਿੱਚ ਹੈਗੀ ਹੈ ਪਰ ਜ਼ਿਆਦਾਤਰ ਲੋਕ ਕੀ ਸੋਚ ਰਹੇ ਨੇ ਉਹਦੇ ਚ ਸੁੱਚਾ ਸਿੰਘ ਗਿੱਲ ਵੀ ਹੈਗੇ ਨੇ ਉਹਦੇ ਡਾਕਟਰ ਰਣਜੀਤ ਸਿੰਘ ਵੀ ਹੈਗੇ ਨੇ ਉਹਦੇ ਚ ਬੜੇ ਹੋਰ ਕਹਿੰਦੇ ਆ ਪੰਜਾਬ ਦੇ ਡਾਕਟਰ ਗਿਆਨ ਸਿੰਘ ਡਾਕਟਰ ਗਿਆਨ ਸਿੰਘ ਅਜੀਬੀਰ ਜਾਖੜ ਹੈਗੇ ਨੇ ਅਜੀਬੀਰ ਜਾਖੜ ਹੈਗੇ ਨੇ ਉਹ ਕੀ ਸੋਚਦੇ ਨੇ ਉਹਦੇ ਬਾਰੇ ਬਲਵਿੰਦਰ ਸਿੰਘ ਸਿੱਧੂ ਉਹਦੇ ਬਾਰੇ ਕੀ ਸੋਚਦੇ ਨੇ ਹੋਰ ਬਹੁਤ ਸਾਰੇ ਲੋਕ ਜਿਹੜੇ ਪੰਜਾਬ ਦੀ ਖੇਤੀਬਾੜੀ ਨਾਲ ਜੁੜੇ ਹੋਏ ਨੇ ਉਹ ਚ ਉਹ ਆਊਟ ਇਹ ਜਿਹੜੇ ਆਰਡੀਨੇਸ਼ਨ ਨੂੰ ਕਿਵੇਂ ਪੜ ਰਹੇ ਨੇ ਦਵਿੰਦਰ ਸ਼ਰਮਾ ਦੇ ਵਿਚ ਦਵਿੰਦਰ ਸ਼ਰਮਾ ਉਹਦੇ ਬਾਰੇ ਕੀ ਕਹਿ ਰਹੇ ਨੇ ਸੋ ਇਸ ਕਰਕੇ ਜਿਹੜੀ ਮੈਜੋਰਟੀ ਦੇ ਰਾਇਆ ਉਹ ਇਹ ਚੋਂ ਪੜ ਰਹੀ ਹੈ ਕਿ ਨਹੀਂ ਇਹ ਕਿਸਾਨੀ ਦੇ ਖਿਲਾਫ ਨੇ ਕੀ ਇਹ ਜਿਹੜੇ ਆਰਡੀਨੇਸ ਹਾਂਜੀ ਸਸੀਕਾਲ ਜੀ ਕੌਣ ਬੋਲ ਰਹੇ ਹੋ ਸਰ ਕਿੱਥੋਂ ਬੋਲ ਰਹੇ ਹੋ ਹਾਂਜੀ ਹਾਂਜੀ ਕੌਣ ਬੋਲ ਰਿਹਾ ਜੀ ਕਿੱਥੋਂ ਬੋਲ ਰਿਹਾ ਜੀ ਮੈਂ ਸੈਗਰਮੈਂਟ ਤੋਂ ਹੰਦਰ ਬੋਲਦਾ ਹਾਂਜੀ ਹਾਂਜੀ ਤੁਸੀਂ ਸਵਾਲ ਕਰ ਸਕਦੇ ਹੋ ਜੀ ਆਪਣਾ ਧਰਵਲ ਸਾਹਿਬ ਨੂੰ ਕੌਣ ਬੋਲ ਰਿਹਾ ਕਿੱਥੋਂ ਬੋਲ ਰਿਹਾ ਹਾਂਜੀ ਮੇਰਾ ਸਵਾਲ ਇਹ ਹੈ ਕਿ ਜਿਹੜਾ ਸ਼ਰੋਮਨੀ ਅਕਾਲੀ ਦਲ ਦਾ ਫੈਸਲਾ ਲੱਗਦਾ ਕਿ ਆਰਐਸਐਸ ਦੇ ਹੱਥ ਵਿੱਚ ਆ ਕਿਉਂਕਿ ਕਿਉਂਕਿ ਆਰਐਸਐਸ ਵਾਲਿਆਂ ਨੇ ਜੇ ਢੀਂਸਾ ਸਾਹਿਬ ਨਾਲ ਚੇਰਣਾ ਤੇ ਉਹ ਉਹਦਾ ਜਿਹੜਾ ਕੇਸ ਚੱਲ ਰਿਹਾ ਦੋ ਸਬਦਾਨ ਅਸ਼ਰੋਮੀ ਅਕਾਲੀ ਦਲ ਦੇ ਆ ਜੇ ਕੋਰਟ ਵਿੱਚ ਪਿਆ ਉਹ ਕੋਪਥਰੂ ਫੈਸਲਾ ਕਰਾਚੇ ਉਹ ਰੱਦ ਕਰਕੇ ਕਿੰਸਾ ਸਰ ਨੂੰ ਸਪੋਰਟ ਦੇ ਦੇਣਗੇ ਉਹ ਇਹ ਉਹਨਾਂ ਨੇ ਦੇਖਿਆ ਕਿ ਕਿਹੜੀ ਪਾਰਟੀ ਨੇ ਜਿਹੜੇ ਗਰੁੱਪ ਨਾਲ ਭਾਰਤੀ ਜਨਤਾ ਪਾਰਟੀ ਨੇ ਆਉਣ ਵਾਲੀ ਇਲੈਕਸ਼ਨ ਲੜਨੀਆਂ ਉਹੋ ਹੀ ਐਸਐਲ ਅਕਾਲੀ ਦਲ ਹੋਊਗਾ ਠੀਕ ਹੈ ਜੀ ਤੁਹਾਡਾ ਪੁਆਇੰਟ ਲੈ ਰਹੇ ਹਾਂ ਜੀ ਤਾਂ ਹੁਣ ਜਵਾਬ ਲੈ ਰਹੇ ਹਾਂ ਤਾਲੀਬਾ ਸਾਹਿਬ ਤਾਲੀਬਾ ਸਾਹਿਬ ਇਹਨਾਂ ਦਾ ਪੁਆਇੰਟ ਹੈ ਇਹ ਆਮ ਤੌਰ ਤੇ ਚਰਚਾ ਬੀ ਸੰਘ ਪਿੱਛੇ ਐ ਤੇ ਸੰਘ 2022 ਦੇ ਨੇੜੇ ਜਾ ਕੇ ਫੈਸਲਾ ਕਰੂਗਾ ਕਹਿੰਦੇ ਨਾਲ ਤੁਰਨਾ ਇੱਕ ਹੋਰ ਕਾਲ ਲੀ ਮੈਂ ਇਹਦਾ ਜਵਾਬ ਹੀ ਲੈਣਾ ਥਰ ਤੋਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਜੀ ਕਿੱਥੋਂ ਬੋਲ ਰਿਹਾ ਜੀ ਕੇ ਵੀ ਜੀ ਸਤਿ ਸ਼੍ਰੀ ਅਕਾਲ ਦਾ ਹਰਦੀਪ ਬੋਲਦਾ ਆਪਣਾ ਕੇ ਵੀ ਜੀ ਆਪਣਾ ਨਾ ਜਿਹੜਾ ਦੇਖੋ ਸਾਨੂੰ ਬੜੀ ਖੁਸ਼ੀ ਸੀ ਕਿ ਬਾਦਲ ਪਰਿਵਾਰ ਦਾ ਪਹਾੜ ਤੋੜਨ ਨੂੰ ਆਸਥਿਕ ਪਾਰਟੀ ਆਈ ਆ ਜੀ ਲੇਕਿਨ ਬੰਦਗੀ ਕਮਿਟੀ ਐ ਵੀ ਇਹ ਜਿੰਨੇ ਵੀ ਸਾਰੇ ਬਜ਼ੁਰਗ ਆਏ ਤੇ ਇਹਦੇ ਸਾਰੇ ਜਿਹੜੇ ਚਲੇ ਗਾਰਦੂਸ ਆ ਹੂੰ ਉਹ ਸਾਡੇ ਨਾਲ ਉਥੇ ਮਾਫ ਕਰਨਾ ਸਾਡੇ ਗਊਸ਼ਾਲਾ ਹੁੰਦੀ ਸੀ ਸਾਡੇ ਪਿੰਡੋਂ ਦੇ ਲਾਗੇ ਉਹ ਜਿੰਨੇ ਸਾਡੇ ਕਿਸਾਨ ਬੁੱਢੇ ਠੇਰੇ ਡੰਗਰ ਹੁੰਦੇ ਉਹਦੇ ਛੱਡ ਹੁੰਦੇ ਸੀ ਹਾਂਜੀ ਜੀ ਜੀ ਸੌਂਦੇ ਪੈਣੇ ਸੌਂਦੇ ਪੈ ਹਾਂਜੀ ਹਾਂਜੀ ਉਹ ਮਸਲਾ ਇਹ ਆ ਵੀ ਇਹ ਇਹ ਬੰਦੇ ਕਰਨਗੇ ਕਿ ਇਹਨਾਂ ਦੇ ਵਿੱਚ ਹਾਲਾਂਕਿ ਅਸੀਂ ਸ਼ਕੀਰ ਬਾਦਲ ਨੂੰ ਗੱਪੀ ਕਹਿੰਦੇ ਆ ਲੇਕਿਨ ਉਹਦੀ ਨਰਦਾਈ ਨਾ ਕੋਈ ਚਲੋ ਮੈਂ ਮੈਂ ਤੁਹਾਡਾ ਤੁਹਾਡਾ ਸਵਾਲ ਲੈ ਰਾਂ ਅੱਜ ਤੱਕ ਬਸ ਮੈਂ ਤੁਹਾਡਾ ਸਵਾਲ ਲੈ ਦੋ ਸਵਾਲ ਹੈ ਜੀ ਤਾਲੇ ਸਭ ਪਹਿਲੇ ਸਵਾਲ ਦਾ ਜਵਾਬ ਦੇ ਦੋ ਪੀ ਸੰਗ ਪਿੱਛੇ ਹੈ ਤੇ ਸੰਗ ਮੋਕੇ ਤੇ ਫੈਸਲਾ ਕਰੂਗਾ ਕਿਹਦੇ ਨਾਲ ਤੁਰਨਾ ਹੈ ਜਿਹੜਾ ਸੁਧਾਨ ਵਾਲਾ ਜ਼ਿਕਰ ਕੀਤਾ ਉਹਨੇ ਕੱਲ੍ਹ ਦੇ ਦੋ ਸੁਲਤਾਨ ਉਹ ਕੇਸ ਹੈ ਕਹਿੰਦੇ ਉਸ ਨੂੰ ਇੱਕ ਬੈਕਿੰਗ ਦੀ ਕੀਤੀ ਜਾਊਗੀ ਤੇ ਉਸ ਬੈਕਿੰਗ ਤੋਂ ਬਾਅਦ ਹੀ ਫੈਸਲਾ ਹੋਊਗਾ ਕਿਹਦੇ ਨਾਲ ਜਾਣਾ ਨਹੀਂ ਦੇਖੋ ਉਹ ਤਾਂ ਹਲੇ ਜਿਹੜਾ ਕੇਸ ਆ ਮੋੜਲੇ ਪੜਾਤੀ ਪਿਆ ਹੈ ਤਾਂ ਉਸ ਤੋਂ ਬਾਅਦ ਕਈ ਕੋਰਟਾਂ ਹੋਰ ਆਉਣੀਆਂ ਨੇ ਉਹ ਤਾਂ ਲੜਾਈ ਲੰਬੀ ਚੱਲਣੀ ਹੈ ਇਹਨਾਂ ਦਾ ਜਿਹੜਾ ਅੰਦਾਜ਼ਾ ਹੈਗਾ ਮੇਰਾ ਖਿਆਲ ਹੈ ਕਿ ਉਹ ਅੰਦਾਜ਼ਾ ਜਿਹੜਾ ਹੈਗਾ ਉਹ ਠੀਕ ਨਹੀਂ ਲੱਗਦਾ ਦੋ ਜੰਦਾਜ਼ਾ ਠੀਕ ਹੈ ਵੀ ਸੰਗ ਪਿੱਛੇ ਹਾਂਜੀ ਦੋ ਦੇਖੋ ਸੰਗ ਪਿੱਛੇ ਹੈਗੇ ਨਹੀਂ ਪਿੱਛੇ ਕਿ ਸੰਗ ਜਿਹੜੀ ਭਾਜਪਾ ਦੇ ਫੈਸਲੇ ਹੁੰਦੇ ਨੇ ਵੀ ਕਿਹੜੀ ਪਾਰਟੀ ਨਾਲ ਜਾਣਾ ਹੈ ਕਿਦੈਸ ਵਿੱਚ ਮੋਤਾ ਕਰਨਾ ਉਹ ਸੰਗ ਦੇ ਮੁਤਾਬਕ ਹੀ ਹੁੰਦੇ ਨੇ ਜਿਵੇਂ ਸੰਗ ਕਹਿੰਦੀ ਆ ਜਾਂ ਜਿਵੇਂ ਸੰਗ ਡਾਇਰੈਕਸ਼ਨ ਦਿੰਦੀ ਆ ਉਹਦੇ ਮੁਤਾਬਕ ਹੀ ਫੈਸਲੇ ਲਏ ਜਾਂਦੇ ਨੇ ਜਿਹੜੀ ਭਾਜਪਾ ਜਿਹੜੀ ਕਹਿ ਰਹੇ ਨੇ ਗੱਲ ਇਹ ਕਿ ਮੈਂ ਇਹ ਨਹੀਂ ਮੰਨਦਾ ਕਿ ਕਾਲੀ ਦਾਲ ਦੀ ਸਿਆਸਤ ਆ ਜਿਹੜੀ ਸੰਗ ਚਲਾ ਰਹੀ ਹੈ ਹੂੰ ਉਹ ਹਾਂ ਭਾਜਪਾ ਦੀ ਸਿਆਸਤ ਵੀ ਸੰਗ ਚਲਾ ਸਕਦੀ ਹੈ ਕਾਲੀਦਾਲ ਦੀ ਪੋਲਿਟਿਕਸ ਜਿਹੜੀ ਹੈਗੀ 1900 ਪਿਛਲੇ 100 ਸਾਲ ਤੋਂ ਉਹ ਕਾਲੀਦਾਲਾਂ ਨੇ ਕਾਲੀਦਾਲ ਨੇ ਚਲਾਈ ਹੈ ਉਹਦੇ ਚ ਪਾਂਦੀ ਸੰਤ ਫਤੇ ਸਿੰਘ ਹੋਣ ਪਾਂ ਮਾਸਟਰ ਤਾਰਾ ਸਿੰਘ ਹੋਣ ਪਾਂ ਸੰਤ ਚੰਨਣ ਸਿੰਘ ਹੋਣ ਨਹੀਂ ਸੰਗ ਦੇ ਮਗਰ ਲਾ ਕੇ ਕਾਲੀਦਾਲ ਨੇ ਕੋਈ ਸਾਲ ਕਾਲੀਦਾਲ ਨੇ ਕਦੇ ਕੀਤਾ ਨਹੀਂ ਕੋਈ ਹਾਇਰਾਸ ਮਰੋਤਾ ਨਹੀਂ ਕੀਤਾ ਹਰੇ ਤੱਕ ਨਹੀਂ ਕੀਤਾ ਕਾਲੀਦਾਲ ਨੇ ਆਪਣੇ ਬਲਬੂਤੇ ਤੇ ਹੀ ਲੜਿਆ ਹੈਗਾ ਹੁਣ ਇੱਕ ਕਮਜ਼ੋਰੀ ਕਾਲੀਦਾਲ ਵਿੱਚ ਕੀ ਆਈ ਹੈ ਪਿਛਲੇ ਜਿਹੜੀ 10 ਸਾਲਾਂ ਜਿਹੜੀ ਕਾਲੀਦਾਲ ਕਰ ਜਿਹਨੂੰ ਵੱਡੀ ਮਾਰ ਕਾਲੇਦਾਲ ਨੂੰ ਪਈ ਹੈ ਉਹ ਕੀ ਆਈ ਹੈ ਐਸੇ ਵੇਲੇ ਕਾਲੀਦਾਨ ਨੇ ਆਪਣੀ ਜਿਹੜੀ ਇੰਡੀਪੈਂਡੈਂਟ ਲਾਈਨ ਹੁੰਦੀ ਸੀ ਕੋ ਪੋਲਿਟਿਕਲ ਪਾਰਟੀ ਦੇ ਤੌਰ ਤੇ ਉਹ ਲਾਈਨ ਛੱਡ ਕੇ ਜੋ ਭਾਜਪਾ ਗੱਲ ਕਰਦੀ ਹੈ ਮਤਲਬ ਜੋ ਭਾਜਪਾ ਕੋਈ ਫੈਸਲਾ ਲੈਂਦੀ ਹੈ ਉਹਨੂੰ ਉਹ ਬਲਾਈਂਡਲੀ ਐਂਡੋਰਸ ਕਰਦੇ ਨੇ ਫਿਰ ਇਹਦਾ ਮਤਲਬ ਇਹ ਹੋਣਾ ਸੰਗ ਅੱਗੇ ਸਰੈਂਡਰ ਕਰਤਾ ਨਹੀਂ ਸੰਗ ਦਾ ਵੱਖਰਾ ਇੱਕ ਕਾ ਕਾਰਜ ਖੇਤਰ ਹੈਗਾ ਮਤਲਬ ਮੈਂ ਜਿਹੜੀ ਗੱਲ ਕਹਿਣਾ ਕਿ ਉਹ ਉਹ ਜਿਹੜੀ ਆਪਣੀ ਇੰਡੀਪੈਂਡੈਂਟ ਲਾਈਨ ਸੀ ਪੋਲੀਟੀਕਲ ਲਾਈਨ ਸੀ ਉਹਨੂੰ ਛੱਡਤਾ ਹੈ ਕਾਲੀਦਾਲ ਨੇ ਉਹ ਚ ਜਦੋਂ ਮੋਗਾ ਕਾਨਫਰੰਸ ਹੋਈ ਉਸ ਤੋਂ ਬਾਅਦ ਉਹਨਾਂ ਨੇ ਪੋਲੀਟੀਕਲ ਲਾਈਨ ਚੇਂਜ ਕੀਤੀ ਉਹਨੂੰ ਇੱਕ ਪੰਜਾਬੀ ਪਾਰਟੀ ਪੰਜਾਬੀ ਪਾਰਟੀ ਦਾ ਨਾਮ ਦਿੱਤਾ ਵਾਹਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਵਿੱਚ ਫਿਰ ਜਿਹੜਾ ਭਾਜਪਾ ਨਾਲ ਜਿਹੜਾ ਗੱਠਜੋੜ ਹੋਇਆ ਤਕਰੀਬਨ ਪਹਿਲਾਂ ਵੀ ਚੱਲਦਾ ਸੀ ਮੋਗੇ ਪਰ ਇੱਕ ਹਰਸ਼ੂਰਤ ਅਲੀ ਉਸਮ ਮੋਗਾ ਚਾਰਜ ਹੋਗਾ ਹਾਂਜੀ ਤੇ ਪ੍ਰਧਾਨ ਮੰਤਰੀ ਜੀ ਹੁਣ ਪਹਿਲੀ ਵਾਰ ਹੋਇਆ ਹੈ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਚਾਹ ਜੁੜੀ ਹੋਈ ਹੈ ਤੇ ਕਾਲੀਦਲ ਚਾਹ ਦੇ ਨਾਲ ਜੁੜ ਗਏ ਹੁਣ ਹੁਣ ਮੈਨੂੰ ਲੱ ਜੋ ਲੋਨ ਨੂੰ ਪਤਾ ਲੱਗਿਆ ਕਿ ਬਿਜਲੀ ਦਾ ਮੁੱਦੇ ਬਾਰੇ ਤਾਂ ਲੋਕ ਪੰਜਾਬ ਦੇ ਗਲਤ ਸੋਚ ਰਹੇ ਆ ਪੰਜਾਬ ਦੇ ਲੋਕ ਤਾਂ ਸੋਚ ਰਹੇ ਆ ਕਿ ਕੀ ਇਹਦੇ ਤਾਂ ਗਲਤ ਹੋ ਰਿਹਾ ਹ ਹ ਜਿਹੜਾ ਐਕਟ ਵਿੱਚ ਮੈਨੂੰ ਹੁਣ ਪਹਿਲੀ ਵਾਰ ਚਿੱਠੀ ਲਿਖੀ ਆ ਇਸ ਵੀਰ ਬਾਦਲ ਨੇ ਕਿ ਜੀ ਇਹ ਤਾਂ ਗਲਤ ਹੋ ਰਿਹਾ ਤੁਸੀਂ ਇਹ ਐਮੈਂਡਮੈਂਟਸ ਨਾ ਕਰੋ ਇਸ ਮੁੱਦੇ ਤੇ ਜਿਹੜਾ ਕੀਨ ਆ ਉਹਨੇ ਵੀ ਕਾਲੀਦਾ ਲਿੰਕ ਹੁਣ ਆਪਣਾ ਸਟੈਂਡ ਲਿਆ ਦੂਸਰਾ ਸਟੈਂਡ ਜਿਹੜਾ ਤੁਸੀਂ ਹੁਣ ਦੱਸ ਰਹੇ ਸੀ ਦੂਸਰੇ ਇੱਕ ਹੋਰ ਮੁੱਦੇ ਤੇ ਵੀ ਉਹਨਾਂ ਨੇ ਪਾਰਟੀ ਨੇ ਸਟੈਂਡ ਲਿਆ ਹੈਗਾ ਹੁਣ ਉਹ ਵੱਧ ਅਧਿਕਾਰਾਂ ਦੀ ਗੱਲ ਵੀ ਕਰਨ ਲੱਗੇ ਪੈਟਰੋਲ ਡੀਜ਼ਲ ਤੇ ਵੀ ਬੋਲੇ ਉਹ ਹਾਂ ਡੀਪੈਟਰੋਲ ਪੈਟਰੋਲ ਡੀਜ਼ਲ ਤੇ ਬੋਲੇ ਪਰ ਉਹਨਾਂ ਖੁੱਲਕੇ ਨਹੀਂ ਬੋਲੇਗੇ ਉਹਨਾਂ ਖੁੱਲਕੇ ਨਹੀਂ ਬੋਲੇ ਪਰ ਹਲਕੇ ਬੋਲੇ ਨੇ ਉਹ ਚ ਉਹਨਾਂ ਨੇ ਨਾਲ ਸਟੇਟ ਗਵਰਨਮੈਂਟ ਵੀ ਵਿੱਚ ਸ਼ਾਮਲ ਕਰ ਲਿਆ ਮੈਂ ਇੱਕ ਛੋਟਾ ਬ੍ਰੇਕ ਲੈਣਾ ਸਤਲਵ ਸਿੰਘ ਸਾਹਿਬ ਵਾਪਸ ਆਉਂਗਾ ਵਾਪਸ ਆ ਕੇ ਤੁਹਾਡਾ ਸਵਾਲ ਜਰੂਰ ਲਵਾਂਗੇ ਕੋਲਰ ਨੇ ਸਵਾਲ ਕੀਤਾ ਕਿ ਚਲੋ ਇਹ ਕਾਰਟੂਸ ਇਹ ਕਾਰਟੂਸਾਂ ਵਾਲਾ ਜੋ ਸਵਾਲ ਹੈ ਜਿਹੜਾ ਚਲੋ ਕਾਰਟੂਸ ਉਹ ਸਵਾਲ ਢੀਂਡਰ ਸਾਹਿਬ ਦੇ ਅੱਗੇ ਵੀ ਰੱਖਿਆ ਗਿਆ ਸੀ ਢੀਂਡਰ ਸਾਹਿਬ ਇਹ ਗੱਲ ਕਹਿੰਦੇ ਆ ਇਹ ਤਾਂ ਮੌਕਾ ਦੱਸੂਗਾ ਕਿ ਕਾਰਟੂਸ ਚੱਲੇ ਹੋਏ ਆ ਕਿ ਕਾਰਟੂਸਾਂ ਵਿੱਚ ਇਹ ਬਰੂਦ ਹੈਗਾ ਬ੍ਰੇਕ ਤੋਂ ਵਾਪਸ ਆ ਰਹੇ ਹਾਂ ਇੱਕ ਵਾਰ ਫੇ ਤੁਹਾਡਾ ਸਵਾਗਤ ਕਰਦੇ ਆਂ ਢੀਂਡਸਾ ਦੇ ਪਤਾਨਗੀ ਪਿੱਛੇ ਕੌਣ ਅੱਜ ਦਾ ਮੁੱਦਾ ਵਿਚ ਚਰਚਾ ਕਰ ਰਹੇ ਆਂ ਆਉਣ ਵਾਲੀ ਸਮੇਂ ਦੀ ਸਿਆਸਤ ਕਿ ਹੋ ਜੇ ਹੋਵੇਗੀ ਪੰਜਾਬ ਦੀ 2022 ਦੀ ਜ਼ਮੀਨ ਕਿ ਹੋ ਜੇ ਹੋਵੇਗੀ ਤਾਲਵੀਰ ਸਾਹਿਬ ਇੱਕ ਸਵਾਲ ਜਿਹੜਾ ਕਾਲਰ ਨੇ ਕੀਤਾ ਸੀ ਕਿ ਸਭ ਚੱਲੇ ਹੋਏ ਕਾਰਤੂਸ ਤੇ ਸਵਾਲ ਮੈਂ ਢੀਂਡਸਾ ਸਾਹਿਬ ਅੱਗੇ ਵੀ ਰੱਖਿਆ ਸੀਗਾ ਉਹ ਕਹਿੰਦੇ ਮੌਕਾ ਦੱਸੂਗਾ ਚੱਲੇ ਹੋਏ ਕਾਰਤੂਸ ਕਿਹੜੇ ਤੇ ਕਾਰਤੂਸਾਂ ਦਾ ਵਿਰੋਧ ਕਿੰਨਾ ਹੈਗਾ ਸਵਾਲ ਇਸ ਕਰਕੇ ਕਿਹਾ ਕਹਿੰਦੇ ਸੁਖਬੀਰ ਸਿੰਘ ਬਾਦਲ ਵਰਗਾ ਕੋਈ ਹੋਰ ਲੀਡਰ ਹੈ ਨਹੀਂ ਕਾਲੀਆਂ ਕੋਲੇ ਇਸ ਕਰਕੇ ਸੁਖਬੀਰ ਸਿੰਘ ਬਾਦਲ ਚੱਲੂਗਾ ਇਹ ਕੋਲਰ ਦਾ ਸਵਾਲ ਸੀ ਜੀ ਸਰ ਆ ਦੇਖੋ ਆਪਾਂ ਇਸ ਤਰ੍ਹਾਂ ਨਹੀਂ ਸ਼ਵਾਲੀ ਤਾਂ ਨਹੀਂ ਵਰਤ ਸਕਦੇ ਵੀ ਉਹ ਚੱਲੇ ਕਾਰਤੂਸ਼ ਹੈਗੇ ਆਫਟਰ ਆਲ ਉਹਨਾਂ ਦਾ ਵੀ ਕੋਈ ਪੋਲਿਟਿਕਲ ਤਜਰਬਾ ਹੈ ਉਹਨਾਂ ਨੇ ਵੀ ਜ਼ਿੰਦਗੀ ਸੀਐਸ ਸਿਆਸਤ ਵਿੱਚ ਗੁਜ਼ਾਰੀ ਹੈ ਜਿਹੜਾ ਬੰਦੇ ਨੇ ਅੱਜ ਸ਼ੁਰੂ ਕੀਤਾ ਕਿਸੇ ਸਟੇਟ ਤੇ ਜਾ ਕੇ ਉਹਨੇ ਬੁੜਾ ਬਜ਼ੁਰਗ ਤਾਂ ਹੋਣੇ ਹੋਣਾ ਹੈ ਬਜ਼ੁਰਗ ਉਹ ਜਿਹੜੇ ਜੰਗ ਮੁੰਡਿਆਂ ਨੂੰ ਲੱਗਦਾ ਕਿ ਇਹ ਚੱਲੇ ਕਾਰਤੂਸ਼ ਹੈ ਪਰ ਉਹਨਾਂ ਦੀ ਇੱਕ ਸਿਆਸਤ ਵਿੱਚ ਬਹੁਤ ਵੱਡੀ ਸਟੈਂਡਿੰਗ ਹੈ ਸਾਰੇ ਬੰਦਿਆਂ ਦੀ ਉਹਨਾਂ ਦੀ 40 45 45 ਸਾਲ ਤੋਂ ਇੱਕ ਬਦਲ ਸਿਆਸਤ ਕਰਦੇ ਆ ਰਹੇ ਨੇ ਸੋ ਅਸੀਂ ਚੱਲੇ ਹੋਏ ਕਾਰਤੂਸ਼ ਤਾਂ ਨਹੀਂ ਵਰਤਾਂਗੇ ਹਾਂ ਠੀਕ ਹੈ ਕਿ ਜਿੰਨੀ એનર્ਜੀ ਸੁਖਵੀਰ ਬਾਦਲ ਚ ਤੁਰਨ ਫਿਰਨਦੀ ਹੈਗੀ ਉਨੀ ਇਨਾ ਸਿਆਸਦਾਨਾਂ ਵਿੱਚ ਨਹੀਂ ਹੈਗੀ ਖਾਸ ਕਰਕੇ ਜਿਹੜੇ ਸਦੇਵ ਸਿੰਘ ਢੀਂਸਾ ਹੈ ਉਹਨਾਂ ਦੀ ਵੀ ਸਿਹਤ ਬਹੁਤ ਜਿਆਦਾ ਠੀਕ ਨਹੀਂ ਰਹਿੰਦੀ ਹੈਗੀ ਪਰ ਉਹਦਾ ਬੇਟਾ ਹੈਗਾ ਉਹ ਬਹੁਤ ਐਕਟਿਵ ਹੈਗਾ ਉਹ ਕਾਫੀ ਅੱਛਾ ਮਚਿਊਰ ਲੀਡਰ ਹੈ ਉਹਨੇ ਕਦੇ ਤੱਕ ਕੋਈ ਅਹਜਾ ਉਲਟ ਸੁਲਟ ਬਿਆਨ ਨਹੀਂ ਦਿੱਤਾ ਜਦੋਂ ਵੀ ਉਹ ਗੱਲ ਕਰਦਾ ਹੈਗਾ ਤਾਂ ਤਕਰੀਬਨ ਤੇ મુદ્ਦਿਆਂ ਦੇ ਆਲੇ-ਦੁਆਲੇ ਗੱਲ ਕਰਦਾ ਹੈ ਤੇ ਉਹਦੀ ਗੱਲ 'ਚ ਵਜ਼ਨ ਵੀ ਹੁੰਦਾ ਉਹਨੂੰ ਸਮਝ ਵੀ ਹੈਗੀ ਪੰਜਾਬ ਦੇ ਸਿਆਸਤ ਵਿੱਚ ਸੋ ਆਪਾਂ ਕਹੇ ਇਹ ਗੱਲ ਬਿਲਕੁਲ ਉਪਮਨ ਕੇ ਚੱਲਦੇ ਆਗੇ ਆ ਕਿ ਜਿਹੜੀ ਆਉਣ ਵਾਲੀ ਆਪਣਾ ਚੋਣ ਚੋਣ ਹੋਏਗੀ 2022 ਦੀ ਚੋਣ ਹੋਏਗੀ ਉਹਦੇ ਵਿੱਚ ਬਹੁਤ ਵੱਡੀ ਚਿਰ ਬਣ ਕੇ ਉਬਰੇਗਾ ਯੂਥ ਪੰਜਾਬ ਦਾ ਪੰਜਾਬ ਦੀ ਯੂਥ ਹੀ ਉਸ ਜਿਹੜੀ ਚੋਣ ਹੈਗੇ ਉਹਦਾ ਫੈਸਲਾ ਕਰੇਗਾ ਦੋ ਵੱਡੇ ਮੁੱਦੇ ਹੋਣਗੇ ਇੱਕ ਪੰਜਾਬ ਦਾ ਯੂਥ ਮੁੱਦਾ ਹੋਏਗਾ ਤੇ ਬਹੁਤ ਵੱਡਾ ਇੱਕ ਬਰਗਾੜੀ ਕਾਂਡ ਵੀ ਹੋ ਉਸ ਵਿੱਚ ਉਸੇ ਵਿੱਚ ਮੇਰਾ ਖਿਆਲ ਹੈ ਕਿ ਵੱਡਾ ਮੁੱਦੇ ਤੌਰ ਤੇ ਮਰਜ ਹੋਏਗਾ ਤੁਸੀਂ ਯੂਥ ਨੂੰ ਪਹਿਲਾਂ ਵੀ ਇਸ ਮੰਚ ਤੇ ਲੈ ਕੇ ਆਏ ਹੋ ਤੇ ਹੁਣ ਤੁਸੀਂ ਬਰਗਾੜੀ ਕਾਂਡ ਦਾ ਜ਼ਿਕਰ ਕਰਤਾ ਮੇਰਾ ਸਵਾਲ ਇਹ ਹੈ ਸਰ ਕਿ ਜਿੰਨੇ ਵੀ ਅਕਾਲੀ ਦਲ ਨਾਲ ਵੱਖ ਹੋਏ ਆ ਲੀਡਰ ਉਹਨਾਂ ਸਾਰਿਆਂ ਨੇ ਬੇਅਦਬੀ ਦੇ ਮੁੱਦੇ ਤੇ ਬਾਦਲ ਪਰਿਵਾਰ ਨੂੰ ਘੇਰਿਆ। ਸਵਾਲ ਇਹ ਆ ਜਦੋਂ ਬੇਅਦਬੀ ਹੋਈ ਸੀ ਉਦੋਂ ਕਿੱਥੇ ਸੀ ਲੋਕ? ਅੱਜ ਉਹਨਾਂ ਨੂੰ ਆਉਦੀ ਸਿਆਸਤ ਚਮਕਾਉਣੀ ਤੇ ਅੱਜ ਬੇਅਦਬੀ ਦਾ ਮੁੱਦਾ ਉਹਨਾਂ ਨੂੰ ਯਾਦ ਆ ਰਿਹਾ। ਉਦੋਂ ਤਾਂ ਕੁਝ ਨਹੀਂ ਕੀਤਾ ਉਹਨਾਂ ਲੋਕਾਂ ਨੇ। ਹਾਂ ਠੀਕ ਹੈ ਉਦੋਂ ਉਹਨਾਂ ਨੂੰ ਬੋਲਣਾ ਚਾਹੀਦਾ ਸੀ ਉਦੋਂ ਨਹੀਂ ਬੋਲੇ ਉਹ ਤੇ ਮੇਰਾ ਖਿਆਲ ਹੈ ਕਿ ਇਹ ਗੱਲ ਦੇ ਤਾਂ ਆਉਣ ਵਾਲੇ ਦਿਨਾਂ 'ਚ ਜਦੋਂ ਉਹ ਸਟਰੀਜਾਂ ਤੇ ਜਾਣਗੇ ਲੋਕ ਉਹਨਾਂ ਨੂੰ ਇਹਨਾਂ ਵਾਲੇ ਮੁੱਦਿਆਂ ਬਾਰੇ ਸਵਾਲ ਵੀ ਕਰਨਗੇ। ਉਹ ਹੋ ਸਕਦਾ ਵੀ ਉਹ ਕਹਿਣਗੇ ਵੀ ਸਾਡੀ ਉਦੋਂ ਇੰਨੀ ਇੰਨੀ ਪੁੱਛ ਪੜਤਾਲ ਨਹੀਂ ਸੀ ਜਾਂ ਇੰਨੇ ਸਾਡੇ ਪਾਵਰ ਨਹੀਂ ਸੀ ਪ ਮਤਲਬ ਵੱਡੀ ਵੱਡੀ ਧਿਰਨੀ ਸੀਗੇ ਕਿ ਅਸੀਂ ਇਹ ਇਹ ਗੱਲ ਬਾਰੇ ਉਦੋਂ ਜ਼ੋਰ ਪਾ ਸਕਦੇ ਸੋ ਇਸ ਕਰਕੇ ਇਹ ਸਵਾਲ ਤਾਂ ਜਰੂਰ ਉਹਨਾਂ ਨਾਲ ਆਉਣ ਵਾਲੇ ਦੇ ਨਾਲ ਚ ਹੋਣਗੇ ਕਿ ਤੁਸੀਂ ਉਹਨਾਂ ਦੇ ਨਾਲ ਕਿਉਂ ਨਹੀਂ ਬੋਲੇ ਜਦੋਂ ਇਹ ਬੇਅਦਬੀ ਦੇ ਕਾਂਡ ਹੋ ਰਹੇ ਸੀ ਸਾਰੀਆਂ ਗੱਲਾਂ ਚੱਲੀਆਂ ਸੀ ਉਦੋਂ ਦੀ ਸਰਕਾਰ ਦੇ ਕਿਉਂ ਨਹੀਂ ਦਬਾਅ ਪਾਇਆ ਕਿ ਜਿਹੜੇ ਬੰਦੇ ਬੇਅਦਬੀ ਕਰ ਰਹੇ ਨੇ ਜਾਂ ਜਿਹੜੇ ਬੰਦੇ ਨਕਨਾਮ ਦੇ ਪਿੱਛੇ ਨੇ ਉਹਨਾਂ ਨੂੰ ਇੱਕ ਸਪੈਸ਼ਲ ਟੀਮਾ ਬਣਾ ਕੇ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਫੜਨ ਦੀ ਕੋਸ਼ਿਸ਼ ਕੀਤੀ ਜਾਵੇ ਆਇਡੈਂਟੀਫਾਈ ਕੀਤਾ ਜਾਵੇ ਉਹ ਉਹਨਾਂ ਉਸ ਸਮੇਂ ਜ਼ੋਰ ਨਹੀਂ ਲਗਿਆ ਹੈਗਾ ਇਹ ਸਵਾਲ ਤਾਂ ਆਉਣ ਵਾਲੇ ਦੇ ਨਾਲ ਜਰੂਰ ਲੋਕ ਕਰਨਗੇ ਬੀਰ ਜਵਿੰਦਰ ਰਾਮਵਾਲੀਆ ਹਰਨਦੀ سپورਟ ਤੁਹਾਨੂੰ ਕੀ ਲੱਗਦਾ ਹੈ ਦੇਖੋ ਬੀਰ ਜਵਿੰਦਰ ਕਾਫੀ ਅੱਛੇ ਬੁਲਾ ਰਹੇ ਹੈਗੇ ਨੇ ਰਾਮਵਾਲੀਆ ਕਾਫੀ ਅੱਛੇ ਬੁਲਾ ਰਹੇ ਹੈਗੇ ਨੇ ਲੋਕਾਂ ਵਿੱਚ ਵਿਚਰਦੇ ਰਹੇ ਨੇ ਪਰ ਮੇਰਾ ਖਿਆਲ ਹੈ ਕਿ ਆਉਣ ਵਾਲੇ ਦਿਨਾਂ ਚ ਇਹ ਦੇਖਣਾ ਪੈਗਾ ਸਾਨੂੰ ਕਿ ਕੀੰਦ ਹੈ ਆਪਣੀ ਦੀ ਪੋਲਿਟਿਕਸ ਕਿਵੇਂ ਪਲੇ ਕਰਦੇ ਨੇ ਟੀਨ ਸਾਹਾ ਸੁਦੇਸ਼ ਸਿੰਘ ਟੀਨ ਸਾਹਾ ਕਿਵੇਂ ਲੋਕਾਂ ਨੂੰ ਨਾਲ ਲੈ ਕੇ ਚੱਲਦੇ ਨੇ ਕਿਉਂਕਿ ਲੀਡਰ ਇਹ ਜਾਣੇ ਪਹਿਚਾਣੇ ਲੀਡਰ ਹੈਗੇ ਨੇ ਜਿਹੜੇ ਸਾਰੇ ਹੈਗੇ ਨੇ ਇਹਨਾਂ ਬਾਰੇ ਲੋਕ ਜਾਣਦੇ ਨੇ ਨਵੀਂ ਪੀੜ੍ਹੀ ਨੂੰ ਕਿਵੇਂ ਨਾਲ ਰੋਣਾ ਹੈਗਾ ਸਭ ਤੋਂ ਵੱਡਾ ਇੱਕ ਮੁੱਖ ਮੁੱਦਾ ਉਹਨਾਂ ਦਾ ਚਲੋ ਇੱਕ ਆਖਰੀ ਸਵਾਲ ਕਿਸ ਦੀ ਸ਼ਾਇ ਹੈਗੀ ਢਿੰਡ ਸਾਹਿਬ ਪਿੱਛੇ ਨਹੀਂ ਮੈਨੂੰ ਨਹੀਂ ਲੱਗਦਾ ਕਿ ਦੁਬਾਰਾ ਫੇਰ ਕਰ ਰਹੇ ਮੈਂ ਨਹੀਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਦੀ ਸੰਗ ਪਿੱਛੇ ਦੇਖੋ ਪੋਲਿਟਿਕਸ ਵਿੱਚ ਆਫ ਚ ਲੈਣ ਦੇਣ ਸਾਰੀਆਂ ਪਾਰਟੀਆਂ ਕਰਦੀਆਂ ਨੇ ਚੱਲਦਾ ਰਹਿੰਦਾ ਕੋਈ ਕਿਸੇ ਨਾਲ ਜੁੜਿਆ ਹੁੰਦਾ ਕੋਈ ਕਿਸੇ ਨਾਲ ਜੁੜਿਆ ਹੁੰਦਾ ਪਰ ਕਿਸੇ ਦੀ ਸ਼ਾਇ ਪਿੱਛੇ ਕਰਕੇ ਤੁਸੀਂ ਆਪਣੀ ਪੋਲਿਟਿਕਸ ਕਰਦੇ ਹੋ ਉਹਨਾਂ ਦੇ ਸਮੇਂ ਵਿੱਚ ਆਪਣੇ ਭਵਿੱਖ ਨੂੰ ਨਜ਼ਰ ਰੱਖ ਕੇ ਆਪਣੀ ਪ੍ਰੋਡਕਟਸ ਨਾਲ ਸਮੇਂ 'ਚ ਗੜ ਜੋੜ ਹੋ ਸਕਦਾ ਹੈ ਬੜੀ ਸੰਭਾਵਨਾ ਹੈ ਕਿ ਆਨੇ ਹੋਏਗਾ ਪੰਜਾਬ 'ਚ ਤੀਜੀ ਵਾਰ ਇਤਿਹਾਸ ਕਹਿੰਦਾ ਤੀਜੀ ਵਾਰ ਲਈ ਕੋਈ ਥਾਂ ਨਹੀਂ ਪੰਜਾਬ 'ਚ ਨਹੀਂ ਪੰਜਾਬ 'ਚ ਇਸ ਵੇਲੇ ਤੀਜੀ ਇੱਕ ਰੀਜਨਲ ਪਾਰਟੀ ਦਾ ਬਹੁਤ ਵੱਡਾ ਸਕੋਪ ਹੈ ਇੱਕ ਵੱਡੀ ਰੀਜਨਲ ਪਾਰਟੀ ਬਣਨ ਦਾ ਪੰਜਾਬ 'ਚ ਬਹੁਤ ਵੱਡਾ ਸਕੋਪ ਹੈ ਕਿਉਂਕਿ ਇਸ ਵੇਲੇ ਜਿਹੜੇ ਹਾਲਾਤ ਨੇ ਕਾਲੀਦਾਲ ਤੇ ਕਾਂਗਰ ਜਿਹੜੀਆਂ ਦੋ ਪਾਰਟੀਆਂ ਸੀ ਆਮ ਆਦਮੀ ਪਾਰਟੀ ਤੀਜੀ ਪਾਰਟੀ ਤੌਰ ਤੇ ਉੱਪਰ ਹੋਈ ਖਲਾ ਹੈਗਾ ਖਲਾ ਹੈਗਾ ਹਾਲੇ ਉੱਪਰ ਜਾ ਸਕਦਾ ਹੈ ਵਿੱਚ ਪੰਜਾਬ ਓਰੀਐਂਟਿਡ ਪੰਜਾਬ ओरिएंटेड ਪੰਜਾਬ ओरिएंटਰੀਅਲ ਪਾਰਟੀ ਬਣਦਾ ਬਹੁਤ ਵੱਡਾ ਸਕੋਪ ਆ ਤੇ ਜੇ ਕੋਈ ਅੱਛਾ ਲੀਡਰ ਹਮਾਰਜ ਹੋ ਜਾਂਦੇ ਨੇ ਤਾਂ ਇਹ ਬਹੁਤ ਵੱਡੀ ਇੱਕ ਚੰਗੀ ਤਕੜੀ ਪਾਰਟੀ ਬਣ ਕੇ ਉੱਪਰ ਚਲੋ ਤਾਲੇਵਾਲ ਸਾਹਿਬ ਬਹੁਤ ਧੰਨਵਾਦ ਤੁਹਾਡਾ ਜਿਹੜੀ ਗੱਲਾਂ ਤੁਸੀਂ ਇੱਥੇ ਕਹੀਆਂ ਤੇ ਜਦੋਂ ਫਿਊਚਰ ਵਿੱਚ ਇਹਨਾਂ ਦਾ ਡਿਵੈਲਪਮੈਂਟ ਹੋਊਗਾ ਤੇ ਮੈਂ ਤੁਹਾਨੂੰ ਫਿਰ ਦੱਸੂਗਾ ਬਹੁਤ ਧੰਨਵਾਦ ਤੁਹਾਡਾ ਤਾਲੇਵਾਲ ਸਾਹਿਬ ਤੇ ਤੁਹਾਡਾ ਵੀ ਧੰਨਵਾਦ ਉਹਨਾਂ ਕਾਲਰਸ ਦਾ ਵੀ ਧੰਨਵਾਦ ਜਿਨ੍ਹਾਂ ਨੇ ਬਹੁਤ ਸੰਜੀਦਗੀ ਨਾਲ ਕਈ ਸਵਾਲ ਕਰਦੇ ਆ ਹਾਲਾਂਕਿ ਕਈ ਵਾਰ ਉਹ ਸਵਾਲ ਇਨੇ ਤਿੱਖੇ ਕਰ ਜਾਂਦੇ ਆ ਕਿ ਸਾਹਮਣੇ ਉਹਨਾਂ ਨੂੰ ਸੋਚਣਾ ਪੈਂਦਾ ਕਿ ਇਹੋ ਜਿਹੇ ਸਵਾਲ ਪਬਲਿਕ ਡੋਮੇਨ ਵਿੱਚ ਘੁੰਮ ਰਿਹਾ ਤੇ ਇਹਨਾਂ ਦਾ ਜਵਾਬ ਕੌਣ ਦੇਵੇਗਾ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਡੇ ਹਰ ਸਵਾਲ ਦਾ ਜਵਾਬ ਅਸੀਂ ਦਈਏ ਇਸ ਪ੍ਰੋਗਰਾਮ ਦੇ ਜ਼ਰੀਏ ਇੱਥੇ ਮਹਿਮਾਨ ਜਿਹੜੇ ਆਉਂਦੇ ਹੋ ਨਾ ਇਸ ਜ਼ਰੀਏ ਪਰ ਕੋਲ ਮਲਾ ਕੇ ਸਵਾਲ ਪੰਜਾਬ ਦਾ ਤੇ ਉਹ ਜਵਾਬ ਤੁਸੀਂ ਖੁਦ ਸਾਰਿਆਂ ਨੇ ਤਿਆਰ ਕਰਨਾ ਕਿ 2022 ਦੇ ਵਿੱਚ ਪੰਜਾਬ ਕਿਨੂੰ ਚੋਂਦਾ ਕਿਉਂਕਿ ਇਸ ਤੋਂ ਪਹਿਲਾਂ ਨਾਅਰਾ ਦਿੱਤਾ ਗਿਆ ਸੀਗਾ ਕੈਪਟਨ ਮਰਿੰਦਰ ਸਿੰਘ ਵਾਲੇ ਕੀ ਚੋਂਦਾ ਹੈ ਪੰਜਾਬ ਕੈਪਟਨ ਮਰਿੰਦਰ ਸਿੰਘ ਚੋਂਦਾ ਹੈ ਕੈਪਟਨ ਚੋਂਦਾ ਹੈ ਇਹ ਸਵਾਲ ਦਾ ਜਵਾਬ ਤੁਸੀਂ ਉਹ ਦੇ ਚੁੱਕੇ ਹੋ ਹੁਣ ਪੰਜਾਬ ਕੀ ਚਾਹੁੰਦਾ ਹੁਣ ਪੰਜਾਬ ਕੋਈ ਯੂਥ ਲੀਡਰ ਚਾਹੁੰਦਾ ਹੈ ਜਾਂ ਪੰਜਾਬ ਆਪਣੇ ਮੁੱਦਿਆਂ ਤੇ ਆਧਾਰਿਤ ਇੱਕ ਖੇਤਰੀ ਪਾਰਟੀ ਚਾਹੁੰਦਾ ਜਿਹੜਾ ਇੱਕ ਨਵਾਂ 바 ਹੋਗਾ ਰਵਾਇਤੀ ਪਾਰਟੀਆਂ ਤੋਂ ਵੱਖਰਾ ਇਹ ਸਵਾਲ ਤੁਹਾਡੇ ਕੋਲ ਹੈ ਤੇ ਸਾਡਾ ਜਵਾਬ ਵੀ ਤੁਸੀਂ ਤਿਆਰ ਕਰਨਾ ਬਹੁਤ ਧੰਨਵਾਦ